ਉਸੀਂ ਜਿਹੜੀ ਗੱਲ ਕਰੀ ਐ ਵੀ ਨਾ ਮੇਰਾ ਸ਼ਮਸ਼ੀਰ ਮੱਲੀ ਫੂਲ ਐ ਤੇ ਪਰ ਮੇਰੇ ਵੱਖਰੇ ਜੇ ਊਸੂਲ ਐ ਤੇ ਉਹ ਨੋਂ ਨਾਲ ਘੱਟ ਤੇ ਮੈਨੂੰ ਸੌਦੇ ਵਾਲੇ ਨੋਂ ਨਾਲ ਵੱਧ ਜਾਣਦੇ ਐ ਮਗਾ ਸੇਠਾ ਪਾਈਆ ਦੇ ਦੇ ਧਨੀਆ ਜੀਰਾ 5 ਰੁਪਿਆ ਦੀ ਗੂੰਦ ਕਤੀਰਾ 2 ਰੁਪਿਆ ਦੀ ਛੋਟੀ ਲਾਚੀ ਫੱਟੀ ਪੁੱਚਣ ਵਾਲੀ ਗਾਚੀ ਕਾਲੀਆਂ ਮਿਰਚਾਂ ਗਰਮ ਮਸਾਲਾ ਥੋੜਾਕ ਦੇ ਦੇ ਲੂਣ ਵੀ ਕਾਲਾ ਚੰਗੀ ਹਲਦੀ ਲੂਣ ਤੇ ਮਿਰਚਾਂ 4 ਪਾਉ ਨੂੰ ਦੇ ਦੀ ਸਰਕਾ ਮੋਟੀ ਖੰਡ ਤੇ ਹਾੜਾਂ ਭੇੜੇ ਜਵੈਨ ਉਹਨਾਂ ਨੇ ਚੰਗੇ ਜਿਹੜੇ ਪਾਈਆ ਪਾਈਆ ਸਾਰੇ ਪਾਦੇ ਚੰਗੇ ਪਹਿੜ ਚਾਦੇ ਪਾਦੇ ਦੇ ਦੇ ਸੌਂਫ ਤੇ ਲਾਚੀ ਦਾਣਾ ਦਰੀਆਂ ਵਾਲਾ ਨਾਲੇ ਤਾਣਾ ਬੀੜੀਆਂ ਵਾਲਾ ਦੇ ਦੇ ਬੰਡਲ ਮੈਂ ਤੇ ਕਾਲੇ ਪਾਉ ਨੂੰ ਸੰਗਲ ਸੁੱਕੇ ਮੇਵੇ ਨਾਲ ਮਣਕਸ਼ਾ ਰੋੜੀ ਚੰਗੀ ਹੋਵੇ ਖਾਸਤਾ ਬਿਸਕਟਾਂ ਦਾ ਪੈਟ ਵਧੀਆ ਸਰੋਂ ਤੇਲ ਦਾ ਨਾਲ ਬਸਕੂਏ ਬਲੇਡ ਤੇ ਰੀਲ ਇਕ ਚਿੱਟੀ ਅਜੇ ਕਿੱਥੇ ਬਸਕੂਏ ਬਲੇਡ ਤੇ ਰੀਲ ਇਕ ਚਿੱਟੀ ਚੰਗੀ ਕਰ ਦੇ ਇੱਕ ਦੇ ਦੇ ਤਿੱਖੀ ਗਊ ਮਾਰ ਕਾਲੀ ਨੀਲ ਦੀ ਡੱਬੀ ਮੋਮਬਤੀ ਇੱਕ ਦੇ ਦੇ ਵੱਡੀ ਸਟੋਰ ਚ ਪਾਉ ਨੂੰ ਦੇ ਦੇ ਬੱਤੀਆਂ ਅਜੇ ਕਿਵੇਂ ਨੂੰ ਕੱਢਦਾ ਅੱਖੀਆਂ ਉਹ ਜਵਾਕਾਂ ਲਈ ਖਿੱਦੋ ਹਾਕੀ ਬਾਕੀ ਸਮਾਂ ਤੂੰ ਪੜ ਲੈ ਆਪੀ ਹਰੇ ਮਟਰਾਂ ਡੱਬਾਂ ਨਾਲੇ ਬਾਣ ਮੰਜੇ ਦਾ ਤਾਉਣ ਵੀ ਨਾਲੇ ਤਾਂ ਹੋਰ ਮਗਾ ਜਾਤੀ ਫਰੇ ਤੋਂ ਪੱਕੇ ਸੀ ਜੀ ਬੜੇ ਸਾਹਮ ਕੇ ਰੱਖੇ ਸੀ ਜੀ ਤੇ ਗੈਸ ਸਿਲੰਡਰ ਚੁੱਲਾ ਨਾਲੇ ਤੋੜ ਦਿੱਤੇ ਸਭ ਜਿੰਦੇ ਤਾਲੇ ਬਾਹਰ ਵੱਲੋਂ ਸਭ ਲਾ ਕੇ ਲੈ ਗਏ ਬੂਟ ਤੋਂ ਤੇ ਮੇਰੇ ਪਾ ਕੇ ਲੈ ਗਏ ਉਹ ਕੋਲਗੇਟ ਤੇ ਦੁੱਧ ਮਧਾਣੀ ਕੀ ਦੱਸਾਂ ਮੈਂ ਆਰਾਮ ਕਹਾਣੀ 4 ਕਿਲੋ ਸੀ ਕੱਢਿਆ ਖੋਇਆ ਉਹ ਵੀ ਉਹਨਾ ਕੰਜਰਾ ਟੋਇਆ ਚਾਹ ਲਈ ਜਿਹੜਾ ਦੁੱਧ ਸੀ ਰੱਖਿਆ ਉਹ ਵੀ ਉਹਨਾ ਚੋਰਾਂ ਡੱਫਿਆ ਤੇ ਕੋਈ ਨਹੀਂ ਛੱਡਿਆ ਸਭ ਕੋਈ ਲੈ ਕੇ ਮੈਨੂੰ ਦਾ ਵਿੱਚ ਚੱਕਰਾਂ ਪਾ ਗਏ ਕਹਿੰਦਾ ਹੋਰ ਮੈਂ ਕਹੀ ਚਾਰ ਕੁ ਤੋਲੇ ਸੋਨੇ ਦੇ ਸੀ ਸਵਾ ਕ ਲੱਖ ਦੇ ਹੋਣੇ ਨੇ ਜੀ ਤੇ ਪਿੱਤਲ ਦੇ ਕੋਈ ਭਾਂਡੇ ਸੀ ਚਾਹ ਟਰਿਆਂ ਦੇ ਸੀ ਆਂਡੇ ਸੀ ਜੀ ਤੇ ਫਰਿੱਜ ਵਿੱਚੋਂ ਸਭ ਸਬਜ਼ੀ ਲੈ ਗਏ ਮੀਟ ਮੁਰਗੇ ਦਾ ਉਹ ਵੀ ਖਾ ਕੇ ਕੱਚੇ ਪਰਨੇ ਆ ਤੇ ਬ ਉਹ ਮੈਂ ਕਿਹਾ ਫਿਰ ਸਰ ਜੀ ਕੰਗੀ ਵਾਲੇ ਵਾਲ ਸੀ ਸਰ ਜੀ ਤੇ ਸੜੇ ਲਫਾਫਾ ਲੈ ਗਏ ਧਰ ਜੀ ਆਦੇ ਅੰਬ ਦੇ ਚਾਰ ਦਾ ਡੱਬਾ 플ੱਸ਼ ਵਾਲਾ ਇੱਕ ਲੋਹੇ ਦਾ ਡੱਬਾ ਉਹ ਕਹਿੰਦੇ ਹੁਣ ਬੱਸ ਕਰ ਕਹਿੰਦੇ ਬਹੁਤ ਹੋ ਗਿਆ ਵੀ ਹੁਣ ਤੂੰ ਆਪਦਾ ਨਾਂ ਪਤਾ ਲਿਖਾ ਤੇ ਜਾ ਤੇ ਮੈਰਿਜ ਤੋਂ ਬਾਅਦ ਕੀ ਹੋਇਆ ਵੀ ਇੱਕ ਵਾਰੀ ਮੈਨੂੰ ਕੰਪਨੀ ਕਿਸੇ ਦੀ ਆਫਰ ਆ ਗਈ ਵੀ ਮੱਲੀ ਤੇਰੀ ਕਮੇਟੀ ਕਾਸਟ ਮਤਲਬ ਕਿ ਫ੍ਰੀ ਆਫ ਕੋਸਟ ਕੱਢਣੀ ਆ ਸੀ ਤੇ ਇਹ ਤੋਂ ਪੈਸਾ ਨਹੀਂ ਲੈਣਾ ਮੰਗਈ ਠੀਕ ਆ ਕਢਾ ਦਿੰਨੇ ਆ ਕਹਿੰਦੇ ਵੀ ਕੁੜੀ ਨਾਲ ਤੇਰੀ ਕਮੇਟੀ ਕੈਸਟ ਆ ਮੈਂ ਕਹਿੰਦੀ ਠੀਕ ਐ ਤੇ ਮੈਂ ਘਰੇ ਸੁਪਰੀਮ ਕੋਰਟ ਨਾਲ ਆ ਕੇ ਗੱਲ ਕਰੀ ਮੈਂ ਕਿਹਾ ਭਗਵਾਨ ਨੇ ਵੀ ਐਂ ਕਰਕੇ ਮੇਰੀ ਕੈਸਟ ਕੱਢ ਦੇ ਆ ਕਹਿੰਦੇ ਕਢਾ ਲਓ ਮੈਂ ਕੈਸਟ ਕੁੜੀ ਨਾਲ ਐ ਬਸ ਚੁੱਪ ਕਰਕੇ ਕਹਿੰਦੀ ਘਰੇ ਵੇਜੋ ਲੋੜ ਨਹੀਂ ਹੈਗੀ ਕਹਿੰਦੀ ਲਓ ਜੀ ਉਹ ਦੇਣਾ ਹੱਦ ਫੇਰ ਆਪਾਂ ਮੈਂ ਕਹਿੰਦਾ ਚੁੱਪ ਕਰ ਗਏ ਜੀ ਤੇ ਅੱਜ ਨੀ ਕੋ ਪੜੀ ਲਿਖੀ ਕੁੜੀ ਹੁੰਦੀ ਐ ਤੇ ਉਹ ਘਰੇ ਸੁੰਭਰੀ ਜਾਂਦੀ ਐ ਜੀ ਜੋ ਸੁੰਭਰ ਰਹੀ ਹੁੰਦੀ ਐ ਤੇ ਉਦੋਂ ਇੱਕ ਪਖੰਡੀ ਸਾਹ ਦਾ ਆ ਜਾਂਦਾ ਜੀ ਕੀ ਕਰਦਾ ਕਿਉਂਕਿ ਇਹਨਾਂ ਦੇ ਪੱਲੇ ਕੱਖ ਨਹੀਂ ਇਹਨਾਂ ਨੇ ਹਾਲਾਤਾਂ ਮੁਤਾਬਕ ਬੋਲਣਾ ਸੀ ਜੀ ਕਹਿੰਦਾ ਜਾ ਸੰਤਾਂ ਦੀ ਬੋਲ ਬੀਬੀ ਅੰਦਰ ਕੀ ਕਰਦੀ ਬਾਹਰ ਖੜੇ ਤੇਰੇ ਦੁੱਖਾਂ ਦੇ ਦਰਦੀ ਬਾਬੇ ਆਏ ਨੇ ਚੱਲ ਕੇ ਖੁਸ਼ ਕਰਕੇ ਕੱਲ ਦੇ ਦੁੱਖ ਆ ਤੇਰੇ ਦੂਰ ਨੇ ਬਾਬੇ ਮਸ਼ਹੂਰ ਨਹੀਂ ਤੇ ਲੈ ਵੀ ਬਰਾਸ਼ੀ ਤੇਰੀ ਮੱਕਰ ਹੈ ਚੰਗਾ ਤੇਰਾ 79 ਹੈ ਪਰ ਇੱਕ ਰੇਖਾ ਥੋੜੀ ਜਿਹੀ ਵਿੰਗੀ ਜਾ ਰਹੀ ਹੈ ਤਾਂ ਹੀ ਤੈਨੂੰ ਕੋਈ ਚਿੰਤਾ ਸਤਾ ਰਹੀ ਹੈ ਕਹਿੰਦੀ ਬਾਬਾ ਜੀ ਕੀ ਚਿੰਤਾ ਸਤਾ ਰਹੀ ਹੈ ਕਹਦਾ ਭੋਲੀਏ ਦਿਲ ਚ ਕਿਸੇ ਨੂੰ ਵਸਾਈ ਬੈਠੀ ਐ ਘਰ ਵਾਲਿਆਂ ਤੋਂ ਛਪਾਈ ਬੈਠੀ ਐ ਤੇਰਾ ਕੋਈ ਵਸ ਨਹੀਂ ਚੱਲਦਾ ਵੱਡਾ-ਵੱਡਾ ਬਾਰ ਚੋਂ ਨਹੀਂ ਹੱਲਦਾ ਫੋਨ ਤੇ ਚਿਪੀ ਰਹਣੀ ਐ ਸਾਰਾ ਦਿਨ ਦੁਖੀ ਰਹਣੀ ਐ ਤੇ ਕੱਲੀ-ਕੱਲੀ ਗੱਲ ਖੋਲ ਕੇ ਰੱਖ ਨੂੰ ਦਾਣ ਦੱchnਾ ਤੋਂ ਪਾਸਾ ਨਾ ਵੱਟੀ ਨੀ ਘਰਦਿਆਂ ਨੂੰ ਦੱਸ ਤੂੰ ਇਹਦੀ ਬਾਬਾ ਜੀ ਘਰੇ ਨਾ ਦੱਸਿਓ ਵੀ ਆਪਦੀ ਦਾਣ ਦੱchnਾ ਪੂਰੀ ਲੈ ਲਿਓ ਕਹਿੰਦਾ ਲੈ ਬਾਤ ਨਹੀਂ ਫਿਰ ਚੋਰੀਆਂ ਫਿਲਮ ਵੀ ਦੇਖ ਕੇ ਆਉਂਦੀ ਸੀ ਘਰਦਿਆਂ ਨੂੰ ਬੇਕੂਫ ਬਣਾਉਂਦੀ ਸੀ ਜੋਰ ਬਹੁਤ ਲਾਇਆ ਗੱਲ ਸਿਰੇ ਚੜਾ ਨਹੀਂ ਸਕੀ ਤੇ ਮੌਕਾ ਮਿਲਿਆ ਨਹੀਂ ਵਿਆਹ ਕਰਾ ਨਹੀਂ ਸਕੀ ਸਤਿ ਸ਼੍ਰੀ ਅਕਾਲ ਬੋਲੀ ਹੌਲੀ ਬਾਬਾ ਦੇ ਨਾਲ ਜੁੜਿਓ ਤੁਸੀਂ ਤੇ ਮੈਂ ਹਾਂ ਵੀਰਪਾਲ ਸ਼ੇਰਕਿਲ ਤੁਸੀਂ ਅਕਸਰ ਹੀ ਜਿਹੜੇ ਸਾਡੇ ਨਾਲ ਇੰਟਰਵਿਊ ਦੇ ਵਿੱਚ ਲੋਕ ਹੁੰਦੇ ਹੈਗੇ ਤੁਸੀਂ ਦੇਖਿਆ ਹੈ ਕਿ ਉਹਨਾਂ ਦੇ ਵਿੱਚ ਹਰ ਇੱਕ ਵੱਖੋ ਵੱਖਰੀ ਕਲਾ ਦੇ ਲੋਕ ਮਾਲਕ ਹੁੰਦੇ ਆ ਜਿਨ੍ਹਾਂ ਦੇ ਨਾਲ ਅਸੀਂ ਗੱਲਬਾਤ ਕਰਦੇ ਆ ਅੱਜ ਵੀ ਸਾਡੇ ਨਾਲ ਇੰਟਰਵਿਊ ਦੇ ਵਿੱਚ ਸ਼ਮਸ਼ੇਰ ਮੱਲੀ ਜੀ ਮੌਜੂਦ ਨੇ ਜਿਨ੍ਹਾਂ ਨੂੰ ਤੁਸੀਂ ਅਨੇਕਾਂ ਹੀ ਪੰਜਾਬੀ ਫਿਲਮਾਂ ਦੇ ਵਿੱਚ ਪੰਜਾਬੀ ਸ਼ਾਰਟ ਫਿਲਮਾਂ ਦੇ ਵਿੱਚ ਤੇ ਪੰਜਾਬੀ ਨਾਟਕਾਂ ਦੇ ਵਿੱਚ ਵੇਖ ਚੁੱਕੇ ਹੋ ਤੇ ਇਹ ਸ਼ਾਇਰੀ ਕਰਦੇ ਨੇ ਬਹੁਤ ਵੱਖਰੀ ਜੀ ਇਹਨਾਂ ਦਾ ਨਾਮ ਸ਼ਮਸ਼ੇਰ ਮੱਲੀ ਆ ਪਰ ਇਹ ਸਾਡੇ ਪੰਜਾਬੀ ਆਪ ਦੇ ਵਿੱਚ ਜੇ ਕਹਿ ਲਈਏ ਕਿ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਸੌਦੇ ਵਾਲੇ ਦੇ ਨਾਮ ਨਾਲ ਬਹੁਤ ਫੇਮਸ ਨੇਗੇ ਕੀ ਕਾਰਨ ਨੇ ਉਹਦੇ ਇਸ ਬਾਰੇ ਮੈਂ ਬਹੁਤਾ ਨਹੀਂ ਦੱਸਦੀ ਹੈਗੀ ਤੁਹਾਨੂੰ ਟ੍ਰਾਈਲ ਹੀ ਦਿਖਾ ਦਿੰਦੇ ਆ ਕਿ ਕਿਉਂ ਇਹਨਾਂ ਨੂੰ ਸੌਦੇ ਵਾਲਾ ਕਿਹਾ ਜਾਂਦਾ ਹੈਗਾ ਗੱਲਬਾਤ ਇਹਨਾਂ ਦੇ ਨਾਲ ਕਰਦੇ ਆ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਮੇਰੇ ਵੱਲੋਂ ਵੀ ਤੁਹਾਡੀ ਸਾਰੀ ਟੀਮ ਨੂੰ ਮਤਲਬ ਕਿ ਜੀ ਆਇਆਂ ਆਖਦਾ ਕਿ ਤੁਸੀਂ ਅੱਜ ਮੇਰੇ ਕੋਲੇ ਚੱਲ ਕੇ ਆਏ ਹੋ ਤੇ ਮੈਨੂੰ ਲੋਕਾਂ ਸਾਹਮਣੇ ਮਤਲਬ ਕਿ ਲਿਆ ਰਹੇ ਹੋ ਤੁਸੀਂ ਜਿਹੜੀ ਗੱਲ ਕਰੀ ਹੈ ਵੀ ਨਾ ਮੇਰਾ ਸ਼ਮਸ਼ੀਰ ਮੱਲੀ ਫੂਲ ਹੈ ਤੇ ਪਰ ਮੇਰੇ ਵੱਖਰੇ ਜੇ ਅਸੂਲ ਹੈ ਤੇ ਉਹ ਨਾ ਨਾਲ ਘੱਟ ਤੇ ਮੈਨੂੰ ਸੌਦੇ ਵਾਲੇ ਨਾਲ ਵੱਧ ਜਾਣਦੇ ਆ ਕਿਉਂ ਜਾਣਦੇ ਆ ਜੀ ਜੀ ਕੀ ਕਾਰਨ ਨੇ ਇਹਦੇ ਜ਼ਰੂਰ ਦੱਸੋ ਹਾਂ ਕਾਰਨ ਇਹ ਹੈ ਵੀ ਮੈਂ ਇੱਕ ਬੈਠੇ ਬੈਠੇ ਨੇ ਸੌਦੇ ਲਿਖਣ ਲੱਗਿਆ ਵੀ ਆਪਣੇ ਘਰੇਲੂ ਆਈਟਮਾਂ ਕਿੰਨੀਆਂ ਕੁ ਹੁੰਦੀਆਂ ਨੇ ਜੀ ਤਾਂ ਮੇਰੀ ਮੈਸੇਜ ਵੀ ਕਹਿਣ ਲੱਗੀ ਵੀ ਤੁਸੀਂ ਇਹ ਕੀ ਉਹ ਕਰੀ ਜਾਂਦੇ ਹੋ ਰਾਜ ਮਹਾਰਾਜ ਗੀਤਕਾਰ ਸੀ ਕਹਿੰਦਾ ਲੂਣ ਮਿਰਚਾਂ ਲਿਖੀ ਜਾਂਦਾ ਮੈਂ ਕਿਹਾ ਵੀ ਇਹ ਹੈ ਲੂਣ ਮਿਰਚਾਂ ਪਰ ਕਿਸੇ ਦਿਨ ਜ਼ਰੂਰ ਫੇਮਸ ਹੋਣਗੀਆਂ ਤਾਂ ਉਹ ਮੇਰੀਆਂ ਇਹੀ ਲੂਣ ਮਿਰਚਾਂ ਮੈਨੂੰ ਲੋਕਾਂ ਦੇ ਵਿੱਚ ਲੈ ਕੇ ਆਈਆਂ ਉਹ ਕੀ ਸੀ ਕਿ ਮੈਂ ਕਿਹੇ ਲਾਲੇ ਕੋਲੇ ਜਾਣਾ ਵੀ ਸੇਠਾ ਸੌਦੇ ਲਿਖ ਕੇ ਰੱਖ ਮੈਂ ਅੱਗੇ ਜਾਇਆ ਮੈਂ ਤੇ ਆਉਂਦਿਆਂ ਨੂੰ ਪਾ ਦੀ ਕਹਿੰਦਾ ਵੀ ਲਿਖਾ ਦੇ ਮਗਾ ਸੇਠਾ ਪਾਈਆ ਦੇ ਦੇ ਧਨੀਆ ਜੀਰਾ 5 ਰੁਪਿਆ ਦੀ ਗੂੰਦ ਕਤੀਰਾ 2 ਰੁਪਿਆ ਦੀ ਛੋਟੀ ਇਲਾਚੀ ਫੱਟੀ ਪੁੱਚਣ ਵਾਲੀ ਗਾਚੀ ਕਾਲੀਆਂ ਮਿਰਚਾਂ ਗਰਮ ਮਸਾਲਾ ਥੋੜਾ ਦੇ ਦੇ ਲੂਣ ਵੀ ਕਾਲਾ ਚੰਗੀ ਹਲਦੀ ਲੂਣ ਤੇ ਮਿਰਚਾਂ ਚਾਰ ਚਪਾਉਣ ਨੂੰ ਦੇ ਦੇ ਸਰਕਾ ਮੋਟੀ ਖੰਡ ਤੇ ਹਾੜਾ ਭੇੜੇ ਜਵੈਨ ਉਹਨਾਂ ਨੇ ਚੰਗੇ ਜਿਹੜੇ ਪਾਈਆ ਪਾਈਆ ਸਾਰੇ ਪਾ ਦੇ ਚੰਗੇ ਪਹਿੜ ਚਾਹ ਦੇ ਪਾ ਦੇ 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 ਸੌਫ ਤੇ ਇਲਾਚੀ ਦਾਣਾ ਦਰੀਆਂ ਵਾਲਾ ਨਾਲੇ ਤਾਣਾ ਬੀੜੀਆਂ ਵਾਲਾ ਦੇ ਦੇ ਬੰਡਲ ਮੈਂ ਤੇ ਕਾਲੇ ਪਾਉਣ ਨੂੰ ਸੰਗਲ ਸੁੱਕੇ ਮੇਵੇ ਨਾਲ ਮਣਕਸ਼ਾ ਰੂੜੀ ਚੰਗੀ ਹੋਵੇ ਖਾਸਤਾ ਬਿਸਕਟਾਂ ਦਾ ਪੈਕਟ ਵਧੀਆ ਸਰੋਂ ਤੇਲ ਦਾ ਬਾ ਦੇ ਦੀ ਸੀ ਉਹਦਾ ਮੂੰਗਫਲੀ ਗੁਰਗੱਚਕ ਨਾਲੇ ਕਿਲੋ ਪਾਦੀ ਛੋਲੇ ਕਾਲੇ ਚੰਗੇ ਪਾਦੀ ਕਾਬਲੀ ਛੋਲੇ ਲੱਡੂਆਂ ਵਾਲਾ ਰੰਗ ਦੋ ਤੋਲੇ ਆਟੇ ਈ ਥੈਲੀ ਕਿਲੋ ਕਮ ਇਦਾਂ ਪਹਿਲੀ ਵਾਲੀ ਜਮਾਤ ਦਾ ਕਹਿੰਦਾ 5 ਰੁਪਈਆ ਹੀ ਦੇਈ ਚੋਹਾਰੇ ਸੌਦੇ ਗਣ ਕੇ ਪਾਦੀ ਸਾਰੇ ਇੱਕ ਦਰਜ ਨੂੰ ਦੇਦੀ ਡੱਬੀਆਂ ਚਾਹ ਚ ਪਾਉਣ ਨੂੰ ਲੈ ਚੀਆਂ ਵੱਡੀਆਂ ਪਾਈਆਂ ਮੂੰਗਫਲੀ ਦੀਆਂ ਗਿਰੀਆਂ ਨਾਲੇ ਸੋਇਆ ਬੀਨ ਦੀਆਂ ਵੱਡੀਆਂ ਇੱਕ ਝਾੜੂ ਤੇ ਰੀਟਾ ਚੱਪੜਾ ਦੋ ਜੋੜੇ ਨਾਲ ਦੇਦੀ ਬਧਰਾ ਪਾਈਆਂ ਨਿੰਬੂ ਲਸਣ ਕਿੰਨ ਦੀ ਸਕੈਚ ਦੀ ਬੋਤਲ ਦੇ ਦੇ ਚੰਗੀ 2 ਕਿਲੋ ਪਾ ਚਨੇ ਕਾਬਲੀ ਮੂੰਗੀ ਮਸਰੀ ਦੀ ਦਾਲ ਵੀ ਕਾਸਟ ਕੋਟਾ ਮੀਟ ਮਸਾਲ ਪੰਜਾਂ ਦੀ ਇੱਕ ਦੇ ਦੇ ਬੱਕਰ ਆਈਸਕ੍ਰੀਮ ਦਾ ਨਾਲੇ ਪਾウダー ਸਵਾ ਪੰਜਾਂ ਦੀਂ ਪਤਾਸੇ ਸੌਦੇ ਗਿਣ ਕੇ ਰੱਖਦੇ ਪਾਸੇ ਪੁਜਿਆ ਦੇ ਦੀ ਬੀਕਾ ਨੇਰੀ ਮਿੱਠੀਆਂ ਪਕੌੜੀਆਂ ਨਾਲੇ ਚੈਰੀ ਉਹ ਥੋੜੀ ਸੇਠਾ ਕਰਲਾ ਕਾਲੀ ਦਵਾਤਰੇ ਕੀ ਸ਼ਾਈ ਦੀ ਕਾਲੀ ਤੇ ਨੀਲਾ ਤੋਤਾ ਫਨੈਲ ਦੀ ਗੋਲੀ ਡੱਬ ਵਾਲ ਦੀ ਖਲਦੀ ਬੂਰੀ ਕਲੌਂਜੀ ਦੇ ਨਾਲ ਸੱਤ ਨਿੰਬੂ ਦਾ ਜਵਾਕਾ ਲੈ ਜੀ ਦਈ ਰੂੰਗਾ ਤੇ ਪਾਈਆ ਖਸ ਘਾਤੇ ਫਰਕੀ ਡੋਰ ਵਾਲੀ ਇੱਕ ਦਈਂ ਚ ਰਖੜੀ ਬੱਲਵ ਦਈਂ ਇੱਕ ਸੌ ਵਾਰ ਦਾ ਤੋਲਾਕ ਦੇ ਦੇ ਰੰਗ ਕਾਟ ਦਾ ਅੰਡਰਵੀਅਰ ਬਣਾਉਣੇ ਚਿੱਟੀ ਲਾਸਟ ਰੰਗ ਤੇ ਜਾਵੇ ਖੇਚੀ ਮੰਜਨ ਬੋਰਸ਼ੇ ਸ਼ਰਮਾ ਕਾਲਾ ਸੌਦਾ ਤਾਂ ਕੋਈ ਹੈ ਨਹੀਂ ਬਾਲਾ ਗੁੱਗਲ ਸਪਾਰੀ ਤੇ ਅਲਾ ਰੋਟ ਵੀ ਚੰਗੇ ਮਾਈ ਨਾਲ ਦੇਂਖ ਰੋਟ ਵੀ ਮੁਸ਼ਕਪੂਰ ਤੇ ਮੰਜੇ ਰੀਟੇ ਛੋਟਾ ਕੰਗਾ ਪਾਉਣ ਨੂੰ ਖੀਸੇ ਸੁੱਕੇ ਔਲੇ ਸੁੰਢ ਤੇ ਏਮਲੀ ਸੌਦੇ ਪਾਉਣ ਤੋਂ ਪਹਿਲਾਂ ਗੇਲਨੀ ਨਾਈਸਟਲ ਦਾ ਪਤ ਪਾਊਡਰ ਲਾਲਾ ਸਵਾ ਕਮੀ ਟ੍ਰੀਬਨ ਕਾਲਾ ਸਿਰ ਦੀਆਂ ਸੂਈਆਂ ਦਾਇਕ ਪੱਤਾ ਪੇਪਰ ਦੇਣ ਵਾਲਾ ਇੱਕ ਫੱਟਾ ਬਾਲ ਪੈਨ ਤੇ ਪੈਨਸਲ ਕਾਲੀ ਬੈਟਰੀ ਦੇਦੇ ਸੱਲਾਂ ਵਾਲੀ ਲਾਈਨ ਡਾਰ ਤੇ ਹਿਸਾਬ ਦੀ ਕਾਪੀ ਮਿਸ਼ਰੀ ਲੱਗਦਾ ਰਹੇਗੀ ਬਾਕੀ ਤੇ ਸਟੋਪ ਪੈਨ ਤੇ ਨਾਲੇ ਵਰਨਾ ਰਾਜਮਾ ਤੇ ਕਿਲੋ ਹਰ ਹਰ ਨਾਰਦਾਣਾ ਤੇ ਪਿਸਤਾ ਸੌਂਗੀ بس ਕੁਏ ਬਲੇਡ ਤੇ ਰੀਲ ਇਕ ਜਕਤੀ ਚੰਗੀ ਕਰ ਦੇ ਦੇ ਤਿੱਖੀ ਗਊ ਮਾਰ ਕਾਲੀ ਨੀਲ ਦੀ ਡੱਬੀ ਮੋਮਬਤੀ ਇਕ ਦੇ ਦੇ ਵੱਡੀ ਸਟੋਜ ਚ ਪਾਉਣ ਨੂੰ ਦੇ ਦੇ ਬੱਤੀਆਂ ਅਜੇ ਕਿਵੇਂ ਨੂੰ ਕੱਢਦਾ ਅੱਖੀਆਂ ਉਹ ਜਵਾਕਾਂ ਲਈ ਖਿੱਦੋ ਹਾਕੀ ਬਾਕੀ ਸਮਾਂ ਤੂੰ ਪੜ ਲੈ ਆਪੀ ਹਰੇ ਮਟਰਾਂ ਡੱਬਾਂ ਨਾਲੇ ਬਾਣ ਮੰਜੇ ਦਾ ਤਾਉਣ ਵੀ ਨਾਲੇ ਸਵਾ ਇੰਚੀਆਂ ਦਈ ਮੇਖਾ ਰਹਿਤਨ ਕਿ ਕੋਈ ਸੌਦਾ ਦੇਖਾਂ ਉਹ ਐਲਸੀ ਦੇ ਨਾਲ ਤੇਲ ਵੀ ਕਾਲੇ ਬੁਰਸ਼ ਦੇ ਇਕ ਲਾਉਣ ਨੂੰ ਜਾਲੇ ਤੇ ਅਗਰਬਤੀਆਂ ਧੂਪ ਦੀ ਡੱਬੀ ਵੇਖੀ ਕਿਤੇ ਨਾ ਮਾਰ ਜੀ ਠੱਗੀ ਪੈਨਸਲ ਤਰਾਸ਼ ਤੇ ਦੇਈ ਜਿਮੈਟਰੀ 5 ਰੁਪਈਆ ਦੀ ਦੇਈ ਟਾਟਰੀ ਰਬਟ ਸੰਡੂ ਦੀ ਟਾਉਣ ਨੂੰ ਅਕਰ ਥੋੜੇ ਲੇਖਲਾ ਭੋਜ ਤੂ ਪੱਤਰ ਉਹ ਟਿਚ ਬਟਨ ਤੇ ਦੇਦੀ ਹੁੱਕਾ ਚੰਗੇ ਬਿਸ ਨਾਲ ਦੇਦੀ ਜੱਪਾ ਮਿੱਠਾ ਸੋਡਾ ਰਸਣੀ ਡੱਬੀ ਪੂਟਪਾਲ ਸ਼ੀ ਚੰਗੀ ਡੱਬੀ ਸੂਈ ਕੰਧੂਈ ਤੇ ਪੜਦਾ ਲੱਛਾ ਤੇ 10 ਗ੍ਰਾਮ ਤੂੰ ਦੇਦੀ ਕੱਥਾ ਸਾਬੂਦਾਣਾ ਕਲਮੀ ਸ਼ੋਰਾ ਜਰਦਾ ਵੇ ਸੰਦਾਤਨ ਕੌੜਾ ਸਾਤ ਮੂੰਗੀ ਦਲੇ ਹੋ ਛੋਲੇ ਲਿਖ ਲੈ ਸੌਦੇ ਜੋ ਵੀ ਬੋਲੇ ਤੇ ਕਿਲੋ ਸ਼ੱਕਰ ਕਿਲੋ ਗੁੜ ਵੀ ਰਹਿ ਨਾ ਜਾਵੇ ਸੇਠਾ ਥੜ ਬ ਕੋਈ ਇੱਕ ਨਿਸ਼ਾਤਰ ਸੂਜੀ ਪਾ ਦੀ ਸੌਦਾ ਨਾ ਕੋਈ ਮਹਿੰਗਾ ਲਾ ਦੀ ਝਾੜੂ ਲਾਉਣ ਵਾਲਾ ਇੱਕ ਪੋਚਾ ਵਧੀਆ ਦੇ ਦੀ ਕਰੀ ਨਾ ਧੋਖਾ ਤੇ ਛੇ ਦੀ ਪਾ ਦੀ ਚਾਵਲ ਸੇਲਾ ਟਾਈਮ ਮੇਰੇ ਕੋਲ ਹੈ ਨਹੀਂ ਬੇਲਾ ਆਹੀ ਸਮਾਨ ਹੁਣ ਪਾ ਦੇ ਚੱਲ ਤੂੰ ਫੇਰ ਵੇਖਾਂਗੇ ਬਾਕੀ ਕੱਲ ਨੂੰ ਸੌਦੇ ਲੈ ਜੂ ਕੱਲ ਨੂੰ ਬਾਕੀ ਤੇ ਸ਼ਮਸ਼ੇਰ ਮੱਲੇ ਨੂੰ ਦਿਓ ਹਜੇ ਮਾਫੀ ਇਹ ਸਾਰਾ ਹਜੇ ਕੋਈ ਬਾਕੀ ਰਹਿ ਗਿਆ ਸੀਗਾ ਜਿਹੜਾ ਕਹਿੰਦੇ ਸੀ ਫੇਰ ਦੇਖੂ ਕੱਲ ਨੂੰ ਨਹੀਂ ਮੇਰੀ ਨਿਗਾਹ ਦੇ ਵਿੱਚ ਹਜੇ ਹੈਗੇ ਆ ਬਾਕੀ ਪਰ ਤੁਹਾਡੀ ਨਿਗਾਹ ਦੇ ਵਿੱਚ ਨਹੀਂ ਆਉਣੇ ਤੇ ਮੇਰਾ ਇੱਕ ਇਹ ਵੀ ਚੈਲੰਜ ਹੈ ਵੀ ਇਹਨਾਂ ਚੋਂ ਸਿਰਫ ਇੱਕ ਚੀਜ਼ ਨੂੰ ਛੱਡ ਕੇ ਕੋਈ ਇਹ ਨਹੀਂ ਕਹਿ ਸਕਦਾ ਵੀ ਕਿਸੇ ਸੌਦੇ ਨੂੰ ਰਿਪੀਟ ਕੀਤਾ ਗਿਆ। ਜੀ ਬਿਲਕੁਲ। ਤੇ ਇਹਦੀ ਕਾਊਂਟਿੰਗ ਵੀ ਦੱਸ ਦੇ ਕੋਈ ਵੀ ਮਤਲਬ ਕਿ ਇੰਨੀਆਂ ਚੀਜ਼ਾਂ ਤਾਂ ਮੈਂ ਤਾਂ ਵੀ ਮਤਲਬ ਕਿ ਮੰਨ ਲ ਜੂ। ਮੈਨੂੰ ਲੱਗਦਾ ਸੌਦੇ ਦੇਣ ਵਾਲੇ ਨੂੰ ਵੀ ਨਹੀਂ ਯਾਦ ਰਹੀਆਂ ਹੁਣ ਇੰਨੀਆਂ ਚੀਜ਼ਾਂ ਤਾਂ ਦੁਕਾਨ 'ਚ ਵੀ ਨਹੀਂ ਹੋਣੀਆਂ ਜਿੰਨੀਆਂ ਤੁਸੀਂ ਗਿਣਤੀਆਂ ਨੇ। ਮੈਨੂੰ ਕਈ ਵਾਰੀ ਮਤਲਬ ਕਿ ਲੋਕ ਕਮੈਂਟ ਵੀ ਕਰਦੇ ਆ ਫੋਨ ਵੀ ਕਰਦੇ ਆ ਕਹਿੰਦੇ ਬਾਈ ਜੀ ਵੀ ਮਤਲਬ ਕਿ ਇਹ ਸਾਰੇ ਪਿੰਡ ਵਾਸਤੇ ਸੌਦਾ ਲੈ ਰਹੇ ਹੋ ਜਾਂ ਤੁਸੀਂ ਆਪ ਦੇ ਘਰ ਵਾਸਤੇ ਲੈ ਰਹੇ ਹੋ। ਗਰਮੀਆਂ ਸਰਦੀਆਂ ਦਾ ਸਾਰਾ ਕੁਝ ਗੱੱਚਕ ਵਗੈਰਾ ਬੱਚਿਆਂ ਦੀ ਜਿਓਮੈਟਰੀ ਪੈਨਸਲ ਤਰਾ ਸਾਰਾ ਕੁਝ ਇਕੱਠਾ ਹੀ ਲੈ ਲਿਆ ਇਹ ਫਿਰ ਰੋਜ਼ ਰੋਜ਼ ਤੁਹਾਨੂੰ ਪਤਾ ਵੀ ਘਰ ਵਾਲੀਆਂ ਤੋਰੀ ਰੱਖਣ ਫਿਰ ਮੁਸ਼ਕਲ ਹੋ ਜਾਂਦਾ ਰੋਜ਼ ਰੋਜ਼ ਜਾਣਾ ਇੱਕ ਕਰ ਹੀ ਜਾਈਦਾ ਹੈ ਸਮਾਨ ਲੈ ਕੇ ਆਈਦਾ ਹੈ ਤੇ ਫਿਰ ਜਵਾਕਾਂ ਨੂੰ ਘਰੇ ਬਿਠਾ ਕੇ ਖਵਾਈਦਾ ਬਿਲਕੁਲ ਬਹੁਤ ਵੱਖਰਾ ਜਿਹਾ ਅੰਦਾਜ਼ ਤੇ ਬਹੁਤ ਵਧੀਆ ਮੈਂ ਕਹਿੰਦੀ ਜਿਹੜਾ ਵੀ ਸੁਣੂਗਾ ਹਰ ਇੱਕ ਦੇ ਚਿਹਰੇ ਤੇ ਹਾਸੀ ਜ਼ਰੂਰ ਆ ਜੁਗੀ ਇਹ ਸੁਣਨ ਦੇ ਨਾਲ ਤੇ ਬਹੁਤ ਚੰਗਾ ਕੰਟੈਂਟ ਏ ਚੀਜ਼ ਦਾ ਜਿਹੜੇ ਤੁਸੀਂ ਲਿਖ ਦਿਓਗੇ ਤੇ ਜੇ ਮੈਂ ਗੱਲ ਕਰਾਂ ਕਿ ਵੱਖਰਾ ਅੰਦਾਜ਼ ਬੋਲਣ ਦਾ ਤੇ ਇੰਨੀਆਂ ਚੀਜ਼ਾਂ ਯਾਦ ਕਿਵੇਂ ਕੀਤੀਆਂ ਦੇਖੋ ਪਹਿਲੀ ਗੱਲ ਤਾਂ ਮੈਂ ਇਹ ਦੱਸਣਾ ਚਾਹੁੰਦਾ ਵੀ ਜੋ ਮੈਂ ਮੈਟਰ ਮਤਲਬ ਕਿ ਬੋਲਦਾ ਉਹ ਖੁਦ ਆਪ ਲਿਖਦਾ ਹਾਂ ਜੀ। ਜੀ। ਤੇ ਸਭ ਤੋਂ ਵੱਡਾ ਇਹ ਮੈਂ ਗੌਰਵ ਗਿਫਟ ਹੀ ਮੰਨੂਗਾ ਵੀ ਜਦੋਂ ਮੈਂ ਆਪਦੀ ਕੋਈ ਵੀ ਚੀਜ਼ ਲਿਖਦਾ ਤਾਂ ਮੈਨੂੰ ਯਾਦ ਕਰਨ ਵਾਸਤੇ ਰੱਟਾ ਲਾਈਜੇਸ਼ਨ ਨਹੀਂ ਕਰਨੀ ਪੈਂਦੀ। ਜੀ। ਮੈਂ ਉਹਨੂੰ 2-4 ਵਾਰੀ ਪੜ੍ਹਦਾ ਕੁਝ ਲਿਖਣ ਲੱਗੇ ਕੁਝ 2-4 ਵਾਰੀ ਪੜ੍ਹਦਾ ਤਾਂ ਮੇਰੇ ਇਹ ਆਟੋਮੈਟਿਕਲੀ ਜਵਾਨੀ ਯਾਦ ਹੋ ਜਾਂਦਾ ਹੈ। ਜੀ। ਤੇ ਪਰ ਜਦੋਂ ਇਹ ਮੈਂ ਸੌਦੇ ਖਰੀਦਣ ਗਿਆ ਸੀ ਨਾ ਜੀ। ਉਸ ਤੋਂ ਬਾਅਦ ਮੇਰਾ ਇੱਕ ਲੌਸ ਵੀ ਬਹੁਤ ਵੱਡਾ ਹੋਇਆ ਜੀ। ਕਿਸ ਚੀਜ਼ ਦਾ? ਕਿਉਂਕਿ ਜਦੋਂ ਮੈਂ ਸੌਦੇ ਲੈਣ ਗਿਆ ਤੇ ਜਦੋਂ ਘਰੇ ਆਇਆ ਤੇ ਘਰ ਦਾ ਸਮਾਨ ਚੋਰ ਚੋਰੀ ਕਰਕੇ ਲੈ ਗਏ ਸੀ ਸਾਰਾ। ਅੱਛਾ ਚੋਰ ਚੋਰੀ ਕਰਕੇ ਲੈ ਗਏ ਘਰ ਦਾ ਸਾਰਾ। ਹਾਂਜੀ ਉਹ ਚੋਰ ਚੋਰੀ ਕਰਕੇ ਲੈ ਗਏ ਜਦੋਂ। ਫਿਰ ਰਪਟ ਨਹੀਂ ਲਖਾਈ ਕੋਈ। ਘਰ ਵਾਲੀ ਕਹਿੰਦੀ ਵੀ ਹੁਣ ਜਾ ਭਾਈ ਥਾਣੇ 'ਚ ਉੱਥੇ ਰਪਟ ਵੀ ਲਖਾ ਕੇ ਆ ਤੇ ਆਪਾਂ ਤੁਰ ਗਏ ਜੀ ਥਾਣੇ 'ਚ ਮੁੰਛੀ ਕਹਿੰਦਾ ਵੀ ਮੱਲੀ ਥਾਣੇ 'ਚ ਕਿਵੇਂ? ਜੀ ਉਹ ਮੈਂ ਕਹਾ ਸਰ ਜੀ ਚੋਰ ਸਾਡੇ ਨੇ ਚੋਰੀ ਕਰਕੇ ਸਾਰਾ ਕੋਈ ਨੇ ਹੁੰਜ ਕੇ ਧਰ ਕੇ ਭਾਂਡੇ ਵੀ ਨਹੀਂ ਛੱਡੇ ਹੋਣਾ ਸੂਟ ਤੇ ਗਏ ਨੇ ਕੱਢੇ ਹੋਣਾ ਉਹ ਘਰ ਵਾਲੀ ਦੀ ਸੁਰਖੀ ਬਿੰਦੀ ਉਹ ਵੀ ਫਿਰਦੀ ਗਾਲਾਂ ਦਿੰਦੀ ਬੱਠਲਵਾਲ ਦੀ ਕੱਲ ਸਲੀਤਾ ਆਟੇ ਵਾਲਾ ਨਾਲੇ ਪੀਪਾ ਚਾਹ ਵਾਲੀ ਥਰਮੋਸ ਤੇ ਕੜਛੀ ਉਹ ਵੀ ਹੱਲੇ ਨਹੀਂ ਸੀ ਵਰਤੀ ਤੇ ਕੰਮ ਥੋੜਾ ਛੇਤੀ ਦਾ ਹੈ ਲੱਗਦਾ ਹੈ ਕਿ ਭੇਤੀ ਦਾ ਹੈ ਉਹ ਕਹਿੰਦਾ ਯਾਰ ਤੂੰ ਸੰਭਾਲ ਕੇ ਰੱਖਿਆ ਕਰ ਵੀ ਪੁਲਿਸ ਕਿਹੜਾ ਵਿੱਲੀ ਹੁੰਦੀ ਹੈ ਮੈਂ ਕਹਾ ਮੁੰਸ਼ੀ ਤੁਸੀਂ ਲਿਖ ਲਓ ਪਰਚਾ ਉਹ ਜੋ ਬਣੂ ਮੈਂ ਦੇ ਦੂੰ ਖਰਚਾ ਪਰ ਤੁਸੀਂ ਇਹ ਫੜ ਲਓ ਬੰਦੇ ਕਰਦੇ ਜਿਹੜੇ ਮਾੜੇ ਧੰਦੇ ਜੁੱਤੀ ਚੱਪਲ ਤੇ ਜਰਾਬਾਂ ਸਭ ਕੋਈ ਲੈ ਕੇ ਬਾਗ ਨਵਾਬਾਂ ਤੇ ਕੁੱਤਿਆਂ ਵਾਲੀ ਬੂਰੀ ਲੈ ਕੇ ਸਮਾਨ ਉਹਦੇ ਚ ਪਾ ਕੇ ਲੈ ਕੇ ਚਟਨੀ ਵਾਲਾ ਕੁੰਡਾ ਲੈ ਕੇ ਫੇਰ ਕੇ ਸਾਰਾ ਹੁੰਝਾ ਲੈ ਕੇ ਜਵਾਕਾਂ ਵਾਲੇ ਪੂਤਰੇ ਤੋਤੇ ਰਮਾਲ ਸਮਝ ਕੇ ਲੈ ਕੇ ਖੋਤੇ ਉਹ ਕਹਿੰਦਾ ਯਾਰ ਤੂੰ ਐਂ ਦੱਸ ਸਿ ਸਮਾਨ ਕਿੰਨੇ ਦਾ ਸੀ ਉਹ ਮੈਂ ਕਿਹਾ 2.5 ਲੱਖ ਦਾ ਸੀ ਜਨਾਬ ਲਾ ਕੇ ਦੱਸਦਾ ਮੈਂ ਸਾਹਿਬ ਐਲਈਡੀ ਪੂਰੇ 32 ਦੀ ਸੀ ਫ੍ਰਿਜ ਕਿਸ਼ਤਾਂ ਤੇ ਚੱਕੀ ਸੀ ਜੀ ਤੇ ਕੰਪਿਊਟਰ ਸੀ ਇੱਕ 30000 ਦੀ ਉਹਦੀ ਵੀ ਉਹਨਾਂ ਲਾਤੀ ਵਾਰੀ ਫੋਨ ਸਾਡਾ ਕੈਪਲ ਸੀ ਜੀ ਵਧੀਆ ਰੇਂਜਰ ਸਾਈਕਲ ਸੀ ਜੀ ਤੇ ਲੈਪਟਾਪ ਵਿੱਚ ਬੈੱਡ ਪਿਆ ਸੀ ਉਹ ਵੀ ਉਹਨਾਂ ਕੱਢ ਲਿਆ ਜੀ ਘਰ ਵਾਲੀ ਦੇ ਸੈਂਡਲ ਸੀ ਜੀ ਇੱਕ ਸਾਈਕਲ ਦਾ ਹੈਂਡਲ ਸੀ ਜੀ ਕੁੱਤਿਆਂ ਵਾਲੀ ਸੰਗਲੀ ਸੀ ਜੀ ਉਹ ਵੀ ਸਾਡੀ ਮੰਗਵੀ ਸੀ ਜੀ ਮੰਗਵੀ ਸੰਗਲੀ ਵੀ ਲੈ ਕੇ ਜਾ ਕੇ ਕਹਿੰਦਾ ਹੋਰ ਮੈਂ ਕਹਿੰਦਾ ਦਾਤੀ ਫੁਰੇ ਤੋਂ ਪੱਖੇ ਸੀ ਜੀ ਬੜੇ ਸਾਹਮਣੇ ਰੱਖੇ ਸੀ ਜੀ ਤੇ ਗੈਸ ਸਿਲੰਡਰ ਚੁੱਲਾ ਨਾਲੇ ਤੋੜ ਦਿੱਤੇ ਸਭ ਜਿੰਦੇ ਤਾਲੇ ਬਾਹਰ ਵੱਲੋਂ ਸਭ ਲਾ ਕੇ ਲੈ ਗਏ ਬੂਟ ਤੋਂ ਤੇ ਮੇਰੇ ਪਾ ਕੇ ਲੈ ਗਏ ਉਹ ਕੋਲਗੇਟ ਤੇ ਦੁੱਧ ਮਧਾਣੀ ਕੀ ਦੱਸਾਂ ਮੈਂ ਆਰਾਮ ਕਹਾਣੀ 4 ਕਿਲੋ ਸੀ ਕੱਢਿਆ ਖੋਇਆ ਉਹ ਵੀ ਉਹਨਾ ਕੰਜਰਾ ਢੋਇਆ ਚਾਹ ਲਈ ਜਿਹੜਾ ਦੁੱਧ ਸੀ ਰੱਖਿਆ ਉਹ ਵੀ ਉਹਨਾ ਚੋਰਾਂ ਢੱਫਿਆ ਤੇ ਕੋਈ ਨਹੀਂ ਛੱਡਿਆ ਸਭ ਕੋਈ ਲੈ ਕੇ ਮੈਨੂੰ ਦਾ ਵਿੱਚ ਚੱਕਰਾਂ ਪਾ ਕੇ ਕਹਿੰਦਾ ਹੋਰ ਮੈਂ ਕਹੀ ਚਾਰ ਕੁਤੋਲੇ ਸੋਨੇ ਦੇ ਸੀ ਸਵਾ ਕੁ ਲੱਖ ਦੇ ਹੋਣੇ ਨੇ ਜੀ ਤੇ ਪਿੱਤਲ ਦੇ ਕੋਈ ਭਾਂਡੇ ਸੀ ਚਾਹ ਟਰਿਆਂ ਦੇ ਸੀ ਆਂਡੇ ਸੀ ਜੀ ਤੇ ਫਰਿੱਜ ਵਿੱਚੋਂ ਸਭ ਸਬਜ਼ੀ ਲੈ ਗਏ ਮੀਟ ਮੁਰਗੇ ਦਾ ਉਹ ਵੀ ਖਾ ਕੇ ਕੱਚੇ ਪਰਨੇ ਆ ਤੇ ਬ ਉਹ ਮੈਂ ਕਹਾ ਫਿਰ ਸਰ ਜੀ ਕੰਗੀ ਵਾਲੇ ਵਾਲ ਸੀ ਸਰ ਜੀ ਤੇ ਸਾਡੇ ਲਫਾਫਾ ਲੈ ਗਏ ਧਰ ਜੀ ਆਦੇ ਅੰਬ ਦੇ ਚਾਰ ਦਾ ਡੱਬਾ ਫਲੱਸ਼ ਵਾਲਾ ਇੱਕ ਲੋਹੇ ਦਾ ਡੱਬਾ ਉਹ ਕਹਿੰਦੇ ਹੁਣ ਬੱਸ ਕਰ ਕਹਿੰਦੇ ਬਹੁਤ ਹੋ ਗਿਆ ਵੀ ਹੁਣ ਤੂੰ ਆਪਦਾ ਨਾਂ ਪਤਾ ਲਿਖਾ ਤੇ ਜਾ ਮੈਂ ਕਹੀ ਨਾਂ ਪਤਾ ਲਿਖ ਲਓ ਸ਼ਮਸ਼ੀਰ ਮੱਲੀ ਪਿੰਡ ਫੂਲ ਟਕਾਣਾ ਤੇ ਪਾਰਕ ਬਾਗ ਦੇ ਮਗਰ ਦੀ ਜਾਣਾ ਜੀ ਫੋਨ ਨੰਬਰ ਵੀ ਦੱਸਾ ਸਰ ਜੀ ਆਉਣ ਲੱਗੇ ਜਾਂ ਦੇਣਾ ਕਰ ਜੀ 90565 ਹੈਗੇ ਬਾਹਰ ਤੇ 524 ਲੱਗੇ ਉਹ ਦਿਓ ਜਾਇਤ ਹੁਣ ਮੈਂ ਜਾਵਾਂ ਪਉ ਤਾਂ ਨਹੀਂ ਮੈਨੂੰ ਮੁੜ ਕੇ ਆਉਣਾ ਉਹ ਕਹਿੰਦੇ ਮੁੜ ਕੇ ਨਹੀਂ ਆਉਣਾ ਪੈਂਦਾ ਸਾਡਾ ਚਾਹ ਪਾਣੀ ਕਰ ਤੇ ਜਾ ਓ ਮਗਾ ਸਰ ਜੀ 100 ਰੁਪਏ ਕੋਲ ਨੇ ਮੇਰੇ ਕੁਝ ਰੱਖ ਲਓ ਕੁਝ ਮੋੜ ਦਿਓ ਮੇਰੇ ਤੇ ਮੇਰੇ ਹੁੰਦੇ ਫਿਕਰ ਨਾ ਕਰਿਓ ਖੁੱਲੇ ਖਰਚੇ ਰੱਜ ਕੇ ਕਰਿਓ ਲੋਡ ਪਈ ਤਾਂ ਫੇਰ ਦੱਸ ਦਿਓ ਕੰਮ ਵਾਲੇ ਪਰ ਫੱਟੇ ਚੱਕ ਦਿਓ ਪੈਸੇ ਨਹੀਂ ਕਿਹੜਾ ਨਾਲ ਜਾਣਾ ਬਣਿਆ ਰਹਿ ਜੇ ਆਉਣਾ ਜਾਣਾ ਚੰਗਾ ਜੀ ਹੁਣ ਮੈਂ ਹਾਂ ਚੱਲਦਾ ਕੋਈ ਨਹੀਂ ਪੀਤਾ ਖਾਦਾ ਕੱਲ ਦਾ ਚੰਗਾ ਸਸਰੀ ਕਾਲ ਜਾਣਾ ਬਾਕੀ ਮਗਰੋਂ ਕਰਾਂਗੇ ਹਿਸਾਬ ਮੈਂ ਕਿਹਾ ਮੇਰੀ ਚੋਰੀ ਲੱਭ ਦਿਓ ਜੀ ਉਹ ਅਜੇ ਤੱਕ ਲੱਭੀ ਨਹੀਂ ਲੱਭੀ ਨਹੀਂ ਹੈਗੀ ਪੈਸੇ ਲੈ ਲੈ ਸੀ ਫਿਰ ਬੁੱਲਸਾ ਲੈ ਲੈ ਉਹ 100 ਰੁਪਿਆ ਸੀ ਕਹਿੰਦੇ ਕੀ ਗੰਜੀ ਨਾਲੂ ਤੇ ਕੀ ਨਹੀਂ ਚੋੜ ਤੂੰ ਕਹਿੰਦੇ ਤੂੰ ਇਹ ਲੈ ਜਾ ਕਹਿੰਦੇ ਤੈਨੂੰ ਛੱਡੇ ਜੀ ਉਹ ਕਹਿੰਦੇ ਜੇ ਸਾਹਿਬ ਨਾਲ ਤੂੰ ਬੋਲ ਦੇਂਗਾ ਕਿ ਦੁਆਰੇ ਨਾ ਹੀ ਸਾਨੂੰ ਸਾਡਾ ਦੁਆਰਾ ਨਾ ਮਲਕੇ ਦਿਮਾਗ ਖਾਣਾ ਹੀ ਤੂੰ ਇੱਥੋਂ ਬਾਹਰ ਹੋ ਕਹਿੰਦੇ ਉਹ ਪਤੰਦਰਾ ਕਹਿੰਦਾ ਤੂੰ ਤਾਂ ਫਲ ਲੇ ਲੈ ਕੇ ਕੀ ਕਰਾਂਗੇ ਜੀ ਕਰਦਾ ਕੋਈ ਵੀ ਸਮਾਨ ਨਹੀਂ ਛੱਡਿਆ ਨਾ ਜੀ ਆ ਦੇਖ ਲਓ ਮੈਂ ਤਾਂ ਸਾਰਾ ਕੁਝ ਦੱਸਤਾ ਜਿੰਨਾ ਕਿ ਮੇਰੇ ਧਿਆਨ ਚ ਆਇਆ ਸੀ ਜਿਹੜਾ ਅਜੇ ਕੋਈ ਨਹੀਂ ਪਤਾ ਉਹ ਛੱਡੇ ਆਪਾਂ ਨੇ ਕੋਈ ਗੱਲ ਨਹੀਂ ਜੀ ਬਿਲਕੁਲ ਬਹੁਤ ਵਧੀਆ ਜਿਹੜੀ ਇਹ ਸ਼ਾਇਰੀ ਹੈ ਤੁਹਾਡੀ ਸ਼ਾਇਰੀ ਹਰ ਇੱਕ ਕੋਈ ਜੇ ਮੈਂ ਕਹਾਂ ਕਿ ਜੇ ਪੰਜਾਬ ਦੇ ਵਿੱਚ ਗੱਲ ਕਰੀ ਤਾਂ ਬਹੁਤ سارے ਸ਼ਾਇਰ ਨੇਗੇ ਪਰ ਐਸੀ ਲੋਕਾਂ ਦੇ ਚਿਹਰੇ ਤੇ ਹੱਸੀ ਲੈ ਕੇ ਆਉਣ ਵਾਲੀ ਸ਼ਾਇਰੀ ਬਹੁਤ ਘੱਟ ਲੋਕ ਕਰਦੇ ਨੇ ਤੇ ਇੰਨੀ ਚੰਗੀ ਜਿਹੜੀ ਚੀਜ਼ ਹੈਗੀ ਤੁਸੀਂ ਲੋਕਾਂ ਨੂੰ ਹਸਾਉਣੇ ਹੋਗੇ ਤੇ ਨਾਲ ਨਾਲ ਜਿਹੜੀ ਪਰਿਵਾਰ ਦੇ ਵਿੱਚ ਬੈਠ ਕੇ ਲੋਕ ਸੁਣਨਗੇ ਤਾਂ ਸਾਰੇ ਹੱਸਣਗੇ ਤੇ ਇਹ ਸਾਰੀ ਚੀਜ਼ ਦਾ ਸ਼ੌਂਕ ਕਿਵੇਂ ਪਿਆ ਅ ਦੇਖੋ ਪਹਿਲੀ ਗੱਲ ਤਾਂ ਮੈਂ ਇੱਕ ਇਹ ਚੀਜ਼ ਕਹਿਣਾ ਵੀ ਅੱਜ ਦੁਨੀਆ ਦੇ ਵਿੱਚ ਹਰ ਇੱਕ ਬੰਦਾ ਇਮੋਸ਼ਨਲ ਹੋਇਆ ਫਿਰਦਾ ਹੈ ਜੀ ਕਿਉਂਕਿ ਹਰ ਇੱਕ ਪਾਸਿਓ ਕੋਈ ਨਾ ਕੋਈ ਟੈਨਸ਼ਨਾਂ ਚ ਘਿਰਿਆ ਹੋਇਆ ਸਭ ਤੋਂ ਅੱਜ ਔਖਾ ਕੰਮ ਹੈ ਜਿਹੜਾ ਲੋਕਾਂ ਨੂੰ 2 ਮਿੰਟ ਹਸਾਉਣ ਦਾ ਔਖਾ ਕੰਮ ਹੈ ਬਿਲਕੁਲ ਤਾਂ ਮੇਰੀ ਇਹ ਸੋਚ ਹੈ ਵੀ ਉਹਨਾਂ ਟੈਨਸ਼ਨਾਂ ਦੇ ਵਿੱਚੋਂ ਕੋਈ ਸਮਾਂ ਮਤਲਕਿ ਲੋਕਾਂ ਲਈ ਇਹੋ ਜਿਹਾ ਲੈ ਕੇ ਆਈਏ ਵੀ ਲੋਕ ਕੁਝ ਸੁਣ ਸਕਣ ਕੁਝ ਹੱਸ ਸਕਣ ਤੇ ਸਭ ਤੋਂ ਪਹਿਲੀ ਗੱਲ ਇਹ ਹੈ ਵੀ ਮੈਂ ਜਦੋਂ ਛੇਮੀ ਚ ਪੜਦਾ ਹੁੰਦਾ ਸੀ ਨਹੀਂ ਜੀ ਤਾਂ ਮੈਨੂੰ ਉਦੋਂ ਹੀ ਮਤਲਕਿ ਲਿਖਣ ਬੋਲਣ ਦਾ ਤੇ 6ਵੀਂ ਤੋਂ 10ਵੀਂ ਤੱਕ ਮੈਂ ਕਲਾਸ ਦਾ ਮਨੀਟਰ ਵੀ ਰਿਹਾ ਸੀ ਜੀ ਇੱਕ ਵਾਰੀ ਕੀ ਹੋਇਆ ਵੀ ਸਾਡਾ ਮੈਥ ਟੀਚਰ ਮਤਲਬ ਕਿ ਆਏ ਨਹੀਂ ਸੀਗੇ ਜੀ ਤੇ ਮੈਨੂੰ ਕਹਿੰਦੇ ਵੀ ਮੱਲੀ ਸੁਣਾ ਕੋਈ ਗੱਲ ਕਲਾਸ ਵਾਲੇ ਕਹਿੰਦੇ ਮੈਂ ਕਿਹਾ ਵੀ ਸੁਣਾ ਦਿੰਦਾ ਜੀ ਜੀ ਚਲੋ ਜੀ ਮੈਂ ਖੜ ਕੇ ਉਹਨਾਂ ਨੂੰ ਗੱਲ ਸੁਣਾਉਣ ਲੱਗ ਗਿਆ ਵੀ ਤੁਸੀਂ ਦੇਖਿਆ ਹੋਊਗਾ ਵੀ ਬੱਸਾਂ 'ਚ ਇੱਕ ਸਮਾਨ ਵੇਚਦੇ ਹੁੰਦੇ ਆ ਜੀ ਮੈਂ ਉਹ ਸੁਣਾਉਣ ਲੱਗ ਗਿਆ ਕੀ ਕਹਾਂ ਬਿਰਜੀ ਭਾਂਜੀ ਭਰਾ ਜੀ ਤੁਸੀਂ ਬਸ ਵਿੱਚ ਬੈਠੇ ਹੋ ਬਹੁਤ ਕੀਮਤੀ ਗੱਲਾਂ ਕਰ ਰਹੇ ਹੋਵੋਗੇ ਇਹਨਾਂ ਕੀਮਤੀ ਗੱਲਾਂ ਵਿੱਚੋਂ ਕੋਈ ਸਮਾਂ ਮੇਰੇ ਲਈ ਕੱਢੋ ਕਹਿੰਦੇ ਹੁੰਦੇ ਨੇ ਕਿ ਸੁਣੋ ਸਭ ਦੀ ਕਰੋ ਮਨ ਦੀ ਵੀਰ ਜੀ ਮੈਂ ਕਿ ਪਿਛਲੇ 5-7 ਸਾਲ ਤੋਂ ਇਸ ਬੱਦਸੱਡੇ ਦੇ ਵਿੱਚ ਪੈਨ ਵੇਚ ਰਿਹਾ ਜਿਹੜਾ ਕਿ ਅਜੇ ਤਾਈਂ ਇੱਕ ਵੀ ਪੈਨ ਨਹੀਂ ਵਿਕਿਆ ਲਓ ਜੀ ਵੀਰ ਜੀ ਭੈਣ ਜੀ ਭਰਾ ਜੀ ਪੈਨ ਨੂੰ ਲੈਣ ਤੋਂ ਪਹਿਲਾਂ ਇਸ ਕੋਈ ਖਾਸ ਖੂਬੀਆਂ ਨੇ ਜਿਹੜੀਆਂ ਧਿਆਨ ਨਾਲ ਸੁਣਦੇ ਯੋਗ ਨੇ ਪੈਨ ਦੇ ਵਿੱਚ ਪਹਿਲੀ ਖੂਬੀ ਕੀ ਹੈ ਕਿ ਤੁਸੀਂ ਇਸ ਨੂੰ ਕਾਗਜ਼ ਤੇ ਚਲਾਓਗੇ ਕਾगज ਪਾੜ ਦਾ ਪਾੜ ਜਾਏਗਾ ਪੈਨ ਨਹੀਂ ਚੱਲੇਗਾ ਨੰਬਰ 2 ਤੇ ਆਉਦੀ ਟੌਰ ਬਣਾਉਣ ਵਾਸਤੇ ਕੋਰ ਦੀ ਜੇਬ ਨੂੰ ਲਾਓਗੇ ਕੋਰ ਤੇ ਨੰਬਰ 3 ਤੇ ਤੁਸੀਂ ਇਸ ਨੂੰ ਚਲਾਉਣ ਵਾਸਤੇ ਚਣਕਾਓਗੇ ਤੇ ਫਰਜ ਵੀ ਪਤਾ ਨਹੀਂ ਕਿੱਧਰ ਗਾਇਬ ਹੋ ਜਾਏਗਾ ਤੇ ਨੰਬਰ 4 ਤੇ ਧੋਕੇ ਤੋਪੇ ਸੁੱਕਣੇ ਪਾਓਗੇ ਧੁੱਪ ਦੇ ਵਿੱਚ ਪਗਰ ਦਾ ਪਗਰ ਦਾ ਪਗਰ ਜਾਏਗਾ ਲਓ ਜੀ ਵੀਰ ਜੀ ਭੈਣ ਜੀ ਭਰਾ ਜੀ ਪੈਨ ਦੀ ਕੀਮਤ ਹੈ 1 ਰੁਪਿਆ 1 ਰੁਪਿਆ 1 ਬੀਬੀ ਜੀ ਆਇਆ ਵੀਰ ਜੀ ਆਇਆ ਭੈਣ ਜੀ ਆਇਆ ਭਰਾ ਜੀ ਆਇਆ ਉਸ ਤੋਂ ਬਾਅਦ ਤੁਸੀਂ ਸਫਰ ਵਿੱਚ ਜਾਂਦੇ ਹੋ ਅਨੇਕ ਪ੍ਰਕਾਰ ਦੇ ਚੱਕਰ ਉਲਟੀ ਖਾਂਸੀ ਨਜਲਾ ਜਕਾਮ ਅੱਜ ਦੀ ਹੋ ਜਾਂਦਾ ਵੀਰ ਜੀ ਰਾਤ ਨੂੰ ਹੋਇਆ ਤੁਹਾਡੀ ਝਾੜ ਦੇ ਵਿੱਚ ਦਰਦ 100 ਨੋਟ ਦੀ ਬਣਾਓ ਬੱਤੀ ਦਿੱਤਾ ਝਾੜ ਦੇ ਥੱਲੇ ਦਰਦ ਨਹੀਂ ਬੰਦ ਹੋਵੇਗਾ ਮੇਰੇ ਇਸ 2 ਰੁਪਏ ਦੇ ਪੈਟ ਦੇ ਵਿੱਚੋਂ ਘੜੀ ਤੋਂ ਦੇਖ ਕੇ 2 ਮਿੰਟਾਂ ਦਾ ਟਾਈਮ ਕੋਸੇ ਪਾਣੀ ਨਾਲ 2 ਗੋਲੀਆਂ ਲੈ ਲਵੋ ਤੇ ਜਿਹੜਾ ਮੇਰਾ ਵੀਰ ਭੈਣ ਭਰਾ ਕਹਿੰਦਾ ਕਿ ਸਾਨੂੰ ਇਸ ਦਵਾਈ ਨੇ ਫਾਇਦਾ ਨਹੀਂ ਕੀਤਾ ਖਾਲੀ ਪੈਟ ਦਿਖਾ ਕੇ ਦਿੱਤੀ ਕੀਮਤ ਵਾਪਸ ਲੈ ਸਕਦਾ ਇਸ ਤੋਂ ਬਾਅਦ ਕੋਈ ਗਾਰੰਟੀ ਨਹੀਂ ਬੀਬੀ ਜੀ ਆਇਆ ਵੀਰ ਜੀ ਆਇਆ ਭੈਣ ਜੀ ਆਇਆ ਲਓ ਜੀ ਮੈਂ ਸੁਣਾ ਰਿਹਾ ਸੀ ਤੇ ਕਲਾਸ ਹੱਸੀ ਜਾਵੇ ਮੈਨੂੰ ਤਾਂ ਇਹ ਸੀ ਮੈਨੂੰ ਦੇਖ ਕੇ ਹੱਸੀ ਜਾਂਦੇ ਮੈਂ ਸੁਣਾਈ ਜਾਂਦਾ ਪਰ ਪਿੱਛੇ ਮੇਰੇ ਆ ਕੇ ਮੈਥ ਟੀਚਰ ਖੜੇ ਸੀ ਜੀ ਜਦੋਂ ਮੈਂ ਉਹਨਾਂ ਨੂੰ ਨਹੀਂ ਦੇਖਿਆ ਤਾਂ ਮੈਂ ਭੱਜ ਕੇ ਜਾ ਕੇ ਕਲਾਸ 'ਚ ਬਹਿ ਗਿਆ ਜੀ ਮੈਨੂੰ ਕਹਿੰਦਾ ਵੀ ਮੱਲੀ ਉੱਠ ਖੜ ਜੀ ਉੱਠਿਆ ਕਹਿੰਦੇ ਦੁਬਾਰਾ ਸੁਣਾ ਮੈਂ ਕਿਹਾ ਜੀ ਮੈਂ ਤਾਂ ਉਹੀ ਸੁਣਾਈ ਜਾਂਦਾ ਕਿਉਂ ਨਹੀਂ ਦੁਬਾਰਾ ਸੁਣਾ ਨਹੀਂ ਪਹਿਣ ਗਿਆ ਇਓ ਦੁਬਾਰਾ ਸੁਣਾਇਆ ਮੈਨੂੰ ਕਹਿੰਦੇ ਇਹੀ ਕੰਮ ਕਰ ਲੈ ਕੀ ਲੈਣਾ ਪੜ ਕੇ ਵਧੀਆ ਦਿਹਾੜੀ ਪਾਇਆ ਕਰੇਗਾ ਤੇ ਉਦੋਂ ਇਹੋ ਜਿਹਾ ਸ਼ੌਕ ਉੱਠਿਆ ਵੀ ਨਹੀਂ ਮਲਕੇ ਫੇਰ ਪਿੱਛੇ ਨਹੀਂ ਹਟੇ ਉਦੋਂ ਤੋਂ ਮੈਂ ਲਿਖਦਾ ਆ ਰਿਹਾ ਜੀ ਫਿਰ ਉਸ ਤੋਂ ਬਾਅਦ ਪਰਿਵਾਰ ਦੀ سپورਟ ਕਿੰਨੀ ਕ ਰਹੀ ਜੇ ਆਪਾਂ ਗੱਲ ਕਰ ਲਈਏ ਕਿ ਕਿਸ ਕੋਈ ਵੀ ਕੰਮ ਕਰਨ ਦੇ ਵਿੱਚ ਪਰਿਵਾਰ ਦੀ سپورਟ ਬਹੁਤ ਵੱਡੀ ਹੁੰਦੀ ਆ ਉਹ ਕਿੰਨੀ ਕਰੇ ਅਹ ਦੇਖੋ ਜੇ ਸਹੀ ਮੈਣਿਆਂ 'ਚ ਪੁੱਛਦੇ ਹੋਂ ਤਾਂ ਜਦੋਂ ਕੋਈ ਵੀ ਸਟੇਜ ਪਰਫਾਰਮੈਂਸ ਪਹਿਲਾਂ ਦੇ ਸਮਿਆਂ ਦੇ ਵਿੱਚ ਚੱਲਦੀ ਸੀ ਨਾ ਜੀ ਤਾਂ ਇਹਨੂੰ ਪਰਿਵਾਰ ਲਾਇਕ ਨਹੀਂ ਸੀ ਕਰਦਾ ਜੀ ਮੈਂ ਚੋਰੀਓ ਮਤਲਬ ਕਿ ਪ੍ਰੋਗਰਾਮ ਕਰਕੇ ਆਉਂਦਾ ਹੁੰਦਾ ਜੀ ਤੇ ਮੈਰਿਜ ਤੋਂ ਬਾਅਦ ਕੀ ਹੋਇਆ ਵੀ ਇੱਕ ਵਾਰੀ ਮੈਨੂੰ ਕੰਪਨੀ ਕਿਸੇ ਦੀ ਆਫਰ ਆ ਗਈ ਵੀ ਮੱਲੀ ਤੇਰੀ ਕਮੇਟੀ ਕਾਸਟ ਮਤਲਬ ਕਿ ਫ੍ਰੀ ਆਫ ਕੋਸਟ ਕੱਢਣੀ ਆ ਸੀ ਤੇ ਤੈਨੂੰ ਪੈਸਾ ਨਹੀਂ ਲੈਣਾ ਮੈਂ ਕਹਿੰਦਾ ਠੀਕ ਆ ਕਢਾ ਦਿੰਨੇ ਆ ਕਹਿੰਦੇ ਵੀ ਕੁੜੀ ਨਾਲ ਤੇਰੀ ਕਮੇਟੀ ਕਾਸਟ ਹੈ ਮੈਂ ਕਹਿੰਦਾ ਠੀਕ ਹੈ ਤੇ ਮੈਂ ਘਰੇ ਸੁਪਰੀਮ ਕੋਰਟ ਨਾਲ ਆ ਕੇ ਗੱਲ ਕਰੀ ਮੈਂ ਕਿਹਾ ਭਗਵਾਨ ਨੇ ਵੀ ਐਂ ਕਰਕੇ ਮੇਰੀ ਕਾਸਟ ਕੱਢ ਦੇ ਆ ਕਹਿੰਦੇ ਕਢਾ ਲਓ ਮੈਂ ਕਾਸਟ ਕੁੜੀ ਨਾਲ ਹੈ ਬਸ ਚੁੱਪ ਕਰਕੇ ਕਹਿੰਦੀ ਘਰੇ ਵੇਜੋ ਲੋੜ ਦੀ ਹੈਗੀ ਕਹਿੰਦੀ ਲਓ ਜੀ ਉਹ ਦੇਣਾ ਹੱਦ ਫਿਰ ਆਪਾਂ ਮੈਂ ਕਿਹਾ ਚੁੱਪ ਕਰ ਗਏ ਸੀ ਤੇ ਅੱਜ ਅੱਜ ਮਤਲਬ ਕਿ ਫੈਮਿਲੀ ਦੇ ਵਿੱਚ ਦੋ ਮੇਰੇ ਬੱਚੇ ਆ ਬੇਟੇ ਆ ਉਹਨਾਂ ਦੀ ਵੀ ਫੁੱਲ ਸਪੋਰਟ ਹੈ ਤੇ ਅੱਜ ਮੈਸੀ ਦੀ ਵੀ ਫੁੱਲ ਸਪੋਰਟ ਹੈ ਤੇ ਹੋਰ ਪਰਿਵਾਰਕ ਮੈਂਬਰਾਂ ਦੀ ਵੀ ਜਿਹੜੇ ਮਤਲਬ ਕਿ ਇਸ ਚੀਜ਼ ਨੂੰ ਨਹੀਂ ਸੀ ਅਲਾਉ ਕਰਦੇ ਉਹਨਾਂ ਦੀ ਵੀ ਅੱਜ ਸਪੋਰਟ ਹੈ ਕਿਉਂ ਉਹਨਾਂ ਨੂੰ ਇਹ ਪਤਾ ਲੱਗਿਆ ਵੀ ਅੱਜ ਇਹਨੂੰ ਮਤਲਬ ਕਿ ਕਿੱਥੋਂ-ਕਿੱਥੋਂ ਲੋਕਾਂ ਦੇ ਫੋਨ ਆਉਂਦੇ ਆ ਕੋਈ ਇਦਾਂ ਦਾ ਕੰਟਰੀ ਸਟੇਟ ਜ਼ਿਲ੍ਹਾ ਪਿੰਡ ਨਹੀਂ ਬਚਿਆ ਜਿੱਥੇ ਮੇਰੇ ਲਿੰਕ ਨਾ ਬਣੇ ਹੋਣ ਤੇ ਉਸ ਚੀਜ਼ ਨੂੰ ਦੇਖ ਕੇ ਉਹ ਕਹਿੰਦੇ ਵੀ ਨਹੀਂ ਮਤਲਬ ਕਿ ਕਰ ਤੂੰ ਵੀ ਲਿੰਕ ਮੈਨੂੰ ਪਰਮਾਤਮਾ ਨੇ ਇਸ ਚੀਜ਼ ਤੋਂ ਬਹੁਤ ਦਿੱਤੇ ਆ ਜੀ ਬਿਲਕੁਲ ਤੇ ਮੈਂ ਦੱਸ ਦਾਂ ਕਿ ਮੱਲੀ ਸਾਹਿਬ ਨੇ ਜਿਹੜੇ ਪੰਜਾਬੀ ਫਿਲਮਾਂ ਦੇ ਵਿੱਚ ਵੀ ਬਹੁਤ ਸਾਰੀਆਂ 'ਚ ਕੰਮ ਕੀਤਾ ਇਹਨਾਂ ਤੋਂ ਜਾਣਦੇ ਆ ਕਿ ਕਿਹੜੀਆਂ-ਕਿਹੜੀਆਂ ਫਿਲਮਾਂ ਨੇ ਜਾਂ ਸ਼ਾਰਟ ਫਿਲਮਾਂ ਨੇ ਜਿਨ੍ਹਾਂ ਦੇ ਵਿੱਚ ਇਹ ਕੰਮ ਇਹਨਾਂ ਨੇ ਕੰਮ ਕੀਤਾ ਆ ਅ ਮੈਂ ਸਭ ਤੋਂ ਪਹਿਲਾਂ ਮਤਲਬ ਕਿ ਸ਼ਾਰਟ ਮੂ ਸ਼ਾਰਟ ਮੂਵੀ ਤੋਂ ਇਲਾਵਾ ਮੈਂ ਕੋਈ 150 ਦੇ ਕਰੀਬ ਟੈਲੀ ਸ਼ਾਰਟ ਮੂਵੀ ਕਰ ਚੁੱਕਿਆ ਜੀ। ਜੀ। ਕੁਝ ਮੇਰੇ ਆਪ ਦੇ ਪ੍ਰੋਜੈਕਟ, ਕੁਝ ਮੈਂ ਦੂਜੀਆਂ ਕੰਪਨੀਆਂ ਦੇ ਪ੍ਰੋਜੈਕਟ ਕੀਤੇ। ਜੀ। ਇਸ ਤੋਂ ਇਲਾਵਾ ਮੇਰੀਆਂ ਚਾਰ ਫੀਚਰ ਫਿਲਮਾਂ 'ਚ ਮੈਂ ਕੰਮ ਕਰ ਚੁੱਕਿਆ ਜੀ। ਜੀ। ਇੱਕ ਬਲੈਕਆਇਰ ਫਿਲਮ ਸੀਗੀ ਬਹੁਤ ਫੇਮਸ ਹੋਈ ਹੈ ਜੇਵਖਰੌੜ ਜੀ ਉਹਦੇ ਮਿਲ ਕੇ ਹੀਰੋ ਸੀਗੇ। ਉਹਦੇ ਵਿੱਚ ਕੰਮ ਕੀਤਾ। ਉਸ ਤੋਂ ਬਾਅਦ ਮੈਂ ਇੱਕ ਸਾਖ ਫਿਲਮ ਆਈ ਮੈਂਡੀ ਧਖੜ ਜੋਬਨਪ੍ਰੀਤ ਦੀ। ਜੀ। ਉਹਨਾਂ ਨਾਲ ਕੰਮ ਕੀਤਾ। ਫਿਰ ਇੱਕ ਤੀਜੀ ਫਿਲਮ ਆਈ ਜੱਗਾ। ਜੀ। ਜਿੱਚ ਵਿਕਟਰ ਜੌਨ ਸ਼ੈਰੀ ਉਪਲ ਵਰਗਿਆਂ ਨਾਲ ਕੰਮ ਕੀਤਾ ਜ ਔਰ ਚੌਥੀ ਫਿਲਮ ਮੈਂ ਹੁਣੀ ਇੱਕ ਫੀਚਰ ਫਿਲਮ ਜਿਹੜੀ ਕਿ ਫੇਮਸ ਆਰਟਿਸਟ ਨੇ ਕੋਟਪੁਰੇ ਦੇ ਪ੍ਰਿੰਸ ਕਹੀ ਜੇ ਜੀ ਤਾਂ ਉਹਨਾਂ ਦੀ ਫਿਲਮ ਮੈਂ ਪਤੰਗ ਕਰਕੇ ਆਇਆ ਜੀ ਜੀ ਇਸ ਤੋਂ ਇਲਾਵਾ ਮੇਰਾ ਟੀਵੀ ਸੀਰੀਅਲ ਖਸਮਾਨੂ ਖਾਣੀ ਵੀ ਤੇ ਮੈਂ ਕੰਮ ਕਰਕੇ ਆਇਆ ਤੇ ਨਾਲ ਹੀ ਮੈਂ ਚਾਚਾ ਬਿਸ਼ਨਪਾ ਨਾ ਪਗੋੜਾ ਜੀ ਤੇ ਗੁਰਚੇ ਚਿੱਤਰਕਾਰ ਜੀ ਨਾਲ ਮੈਂ ਕਾਫੀ ਫਿਲਮਾਂ 'ਚ ਕੰਮ ਕੀਤਾ ਜੀ ਜੀ ਤੇ ਬਹੁਤ ਵਧੀਆ ਜਿਹੜਾ ਕੰਮ ਕਰਾ ਚੱਲ ਰਿਹਾ ਫਿਰ ਕਦੇ ਆਪਦੀ ਕਾਮੇਡੀ ਕਾਸਟ ਕਢਵਾਉਣ ਦਾ ਮੌਕਾ ਨਹੀਂ ਮਿਲਿਆ ਫਿਰ ਉਸ ਤੋਂ ਬਾਅਦ ਨਹੀਂ ਹੁਣ ਤਾਂ ਮਤਲਬ ਇਹ ਹੈ ਵੀ ਆ ਕਾਮੇਡੀ ਕਾਸਟ ਹੀ ਨਿਕਲ ਰਹੀ ਹੈ ਜੀ ਜੀ ਔਰ ਇੱਕ ਚੀਜ਼ ਮੈਂ ਕਹਿਣਾ ਹੈ ਵੀ ਕਈ ਵਾਰੀ ਕੀ ਹੁੰਦਾ ਹੈ ਵੀ ਸਾਡੇ ਕੋਲੇ ਬਹੁਤ ਕੁਝ ਹੁੰਦਾ ਹੈਗਾ ਸਾਨੂੰ ਕੋਈ ਪਲੇਟਫਾਰਮ ਨਹੀਂ ਮਿਲਦਾ ਬਿਲਕੁਲ ਕਈਆਂ ਕੋਲੇ ਹੁੰਦਾ ਕੁਝ ਨਹੀਂ ਉਹਨਾਂ ਨੂੰ ਪਲੇਟਫਾਰਮ ਮਿਲ ਜਾਂਦਾ ਬਿਲਕੁਲ ਤੇ ਪਰ ਮੈਂ ਸੋਸ਼ਲ ਮੀਡੀਆ ਦਾ ਬਹੁਤ ਮਤਲਬ ਕਿ ਧੰਨਵਾਦ ਕਰਦਾ ਵੀ ਜਿਹਦੀ ਵਜ੍ਹਾ ਦੇ ਨਾਲ ਮੈਂ ਅੱਜ ਲੋਕਾਂ ਦੇ ਵਿੱਚ ਆਇਆ ਜੇ ਸੋਸ਼ਲ ਮੀਡੀਆ ਨਾ ਹੁੰਦਾ ਤਾਂ ਹੋ ਸਕਦਾ ਵੀ ਜੋ ਮੇਰੇ ਘਰੇਲੂ ਹਾਲਾਤ ਲਾ ਲੋ ਕੁਛ ਲਾ ਲੋ ਵੀ ਮੈਂ ਆਪਦੇ ਆਪ ਨੂੰ ਕਹਿ ਦਿਆਂ ਮੈਂ ਕੋਈ ਮਤਲਬ ਕਿ ਕਰੋੜਪਤੀ ਬੰਦਾ ਹੈਗਾ ਨਹੀਂ ਮੈਂ ਹੈਂਡ ਟੂ ਮਾਉਥ ਕਰਕੇ ਖਾਣ ਵਾਲਾ ਹੈਗਾ ਜੀ ਤਾਂ ਜੇ ਮਤਲਬ ਕਿ ਸੋਸ਼ਲ ਮੀਡੀਆ ਨਾ ਹੁੰਦਾ ਤਾਂ ਅੱਜ ਵੀ ਮਤਲਬ ਕਿ ਮੈਂ ਮੱਲੀ ਫੂਲ ਵਾਲੇ ਹੀ ਰਹਿਣਾ ਸੀ ਮੈਂ ਬਾਹਰ ਨਹੀਂ ਸੀ ਆ ਸਕਦਾ ਬਿਲਕੁਲ ਤੇ ਇੱਕ ਵਾਰ ਸਰ ਅਖੀਰ ਤੇ ਦਰਸ਼ਕਾਂ ਨੂੰ ਇੱਕ ਸ਼ਾਇਰੀ ਹੋਰ ਜ਼ਰੂਰ ਸੁਣਾ ਦਿਓ ਤੇ ਬਹੁਤ ਲੋਕ ਇੰਜੋਏ ਕਰ ਰਹੇ ਹੋਣੇ ਮੈਨੂੰ ਲੱਗਦਾ ਤੁਹਾਡੀ ਸ਼ਾਇਰੀ ਨੂੰ ਤੇ ਇੱਕ ਹੋਰ ਜ਼ਰੂਰ ਸੁਣਾਓ ਅਖੀਰ ਹਾਂਜੀ ਮੈਂ ਇੱਕ ਤੁਹਾਨੂੰ ਦੱਸ ਦਿਆਂ ਵੀ ਮੈਂ 100 ਗੱਪਾਂ ਦੀ ਕਿਤਾਬ ਛਪਵਾ ਰਿਆਂ ਜੀ ਜਿੱਚ ਕਹਿਣ ਨੂੰ ਗੱਪ ਨੇ ਜੀ ਤੇ ਪਰ ਅੰਦਰੋਂ ਦੇ ਸੱਚ ਨੇ ਜੀ ਉਹ ਚ ਮੈਂ ਕੋਈ ਲੀਡਰ ਕੋਈ ਬਾਬਾ ਕੋਈ ਪਖੰਡੀ ਮਹਿ ਨਹੀਂ ਛੱਡਿਆ ਹਾਂ ਕਿਸੇ ਨੂੰ ਵੀ ਨਹੀਂ ਬਖਸ਼ਿਆ ਕਿਸੇ ਨੂੰ ਬਖਸ਼ਿਆ ਨਹੀਂ ਜੀ ਬਖਸ਼ਣ ਵਾਲੇ ਹੈ ਹੀ ਨਹੀਂ ਜੀ ਤੇ ਮੈਂ ਅੱਜ ਇੱਕ ਪਖੰਡੀ ਸਾਧ ਦੀ ਤੁਹਾਨੂੰ ਗੱਲ ਸੁਣਾਉਣਾ ਹੈ ਇਹ ਅੱਜ ਦੇ ਮਾਹੌਲ ਦੀ ਅੱਜ ਦੇ ਸਮਾਜ ਦੀ ਹਕੀਕਤ ਬਿਆਨ ਕਰਨ ਲਈ ਹੈ ਜੀ ਕਿਉਂਕਿ ਜਿਹੜਾ ਸਾਡੇ ਸਮਾਜ ਦੇ ਵਿੱਚ ਚੱਲ ਰਿਹਾ ਹੈ ਕੋਈ ਪੜ੍ਹੀ ਲਿਖੀ ਕੁੜੀ ਹੁੰਦੀ ਹੈ ਤੇ ਉਹ ਘਰੇ ਸੁੰਭਰੀ ਜਾਂਦੀ ਹੈ ਜੀ ਜੋ ਸੁੰਭਰ ਰਹੀ ਹੁੰਦੀ ਹੈ ਤੇ ਉਧਰ ਇੱਕ ਪਖੰਡੀ ਸਾਧ ਆ ਜਾਂਦਾ ਹੈ ਜੀ ਕੀ ਕਰਦਾ ਕਿਉਂਕਿ ਇਹਨਾਂ ਦੇ ਪੱਲੇ ਕੱਖ ਨਹੀਂ ਇਹਨਾਂ ਨੇ ਹਾਲਾਤਾਂ ਮੁਤਾਬਕ ਬੋਲਣਾ ਹੁਣ ਜੀ ਕਹਿੰਦਾ ਦੱਸ ਸੰਤਾਂ ਦੀ ਬੋਲ ਬੀਬੀ ਅੰਦਰ ਕੀ ਕਰਦੀ ਬਾਹਰ ਖੜੇ ਤੇਰੇ ਦੁੱਖਾਂ ਦੇ ਦਰਦੀ ਬਾਬੇ ਆਏ ਨੇ ਚੱਲ ਕੇ ਖੁਸ਼ ਕਰਕੇ ਕੱਲ ਦੇ ਦੁੱਖ ਤੇਰੇ ਦੂਰ ਨੇ ਬਾਬੇ ਮਸ਼ਹੂਰ ਨੇ ਤੇ ਲੈ ਵੀ ਬਹਰਾਸ਼ੀ ਤੇਰੀ ਮੱਕੜਾ ਚੰਗਾ ਤਰ੍ਹਾਂ 73 ਹੈ ਪਰ ਇੱਕ ਰੇਖਾ ਥੋੜੀ ਜਿਹੀ ਮੰਗੀ ਜਾ ਰਹੀ ਹੈ ਤਾਂ ਹੀ ਤੈਨੂੰ ਕੋਈ ਚਿੰਤਾ ਸਤਾ ਰਹੀ ਹੈ ਕਹਿੰਦੀ ਬਾਬਾ ਜੀ ਕੀ ਚਿੰਤਾ ਸਤਾ ਰਹੀ ਹੈ ਕਹਿੰਦਾ ਭੋਲੀਏ ਦਿਲ ਚ ਕਿਸੇ ਨੂੰ ਵਸਾਈ ਬੈਠੀ ਹੈ ਘਰ ਵਾਲਿਆਂ ਤੋਂ ਛਪਾਈ ਬੈਠੀ ਹੈ ਤੇਰਾ ਕੋਈ ਵਸ ਨਹੀਂ ਚੱਲਦਾ ਵੱਡਾ-ਵੱਡਾ ਬਾਰ ਚੋਂ ਨਹੀਂ ਹੱਲਦਾ ਫੋਨ ਤੇ ਚਿਪੀ ਰਹਿਣੀ ਹੈ ਸਾਰਾ ਦਿਨ ਦੁਖੀ ਰਹਿਣੀ ਹੈ ਤੇ ਕੱਲੀ-ਕੱਲੀ ਗੱਲ ਖੋਲ ਕੇ ਰੱਖ ਇਹ ਨਹੀਂ ਬਾਬਾ ਜੀ ਘਰੇ ਨਾ ਦੱਸਿਓ ਵੀ ਆਪ ਦੀ ਦਾਮ ਦੱਛਣਾ ਪੂਰੀ ਲੈ ਲਿਓ ਕਹਿੰਦਾ ਲੈਂ ਭਤਨੀ ਫੇਰ ਚੋਰੀਆਂ ਫਿਲਮ ਵੀ ਦੇਖ ਕੇ ਆਉਂਦੀ ਸੀ ਘਰਦਿਆਂ ਨੂੰ ਬੇਬਕੂਬ ਬਣਾਉਂਦੀ ਸੀ ਜੋਰ ਬਹੁਤ ਲਾਇਆ ਗੱਲ ਸਿਰੇ ਚੜਾ ਨਹੀਂ ਸਕੀ ਤੇ ਮੌਕਾ ਮਿਲਿਆ ਨਹੀਂ ਵਿਆਹ ਕਰਾ ਨਹੀਂ ਸਕੀ ਦੇਖ ਫਿਰ ਬਾਬਿਆਂ ਨੇ ਖੋਲੀ ਅੱਜ ਪਟਾਰੀ ਮੁੰਡੇ ਦਾ ਨਾਮ ਦੱਸਦੇ ਤੇਰੇ ਵਿਆਹ ਦੀ ਕਰਾ ਦੀਏ ਤਿਆਰੀ ਕਹਿੰਦੀ ਬਾਬਾ ਜੀ ਮੁੰਡੇ ਦਾ ਨਾਮ ਤਾਂ ਦੀਪੀ ਸ਼ਰਮਾ ਫੂਲ ਵਾਲਾ ਕਹਿੰਦਾ ਲੈਂ ਭਤਨੀ ਫੇਰ ਟੱਲੇ ਤੇ ਸੰਤਾ ਦਾ ਡੇਰਾ ਤੇ ਕੱਲ ਦੁਪਹਿਰ ਨੂੰ ਪਾ ਦੀ ਫੇਰਾ ਸਰੰਗੀ ਮਠਾਈ ਤੇ 5100 ਧੂਨੇ ਤੇ ਤੇ 1100 ਖਰਚਾ ਜੂ ਸ਼ਾਮ ਗਰਮੋ ਗਵਾਂਡੀਆਂ ਦੇ ਵਿਰਾਤ ਮੰਗਾ ਕੇ ਰੱਖ ਦੂੰ। ਕਹੀਂ ਤਾਨੂੰ ਬਾਬਾ ਜੀ ਫੇਰ ਤਾਂ ਇੱਕ ਸੇਲੀ ਨੇ ਹੋਰ ਵੀ ਵਿਆਹ ਕਰਵਾਉਣਾ। ਕਹਿੰਦਾ ਲੈ ਭਗਤਨੀ ਫਿਰ ਅੱਜ ਤੋਂ ਸਾਰੀ ਚਿੰਤਾ ਛੱਡ ਦੇ ਆਪਣੇ ਨਾਲ ਹੀ ਉਹਦਾ ਵੀ ਕੰਮ ਕੱਢ ਦੇ ਦੋਨਾਂ ਦੀਆਂ ਫੋਟੋਆਂ ਤੇ ਡਬਲ ਖਰਚਾ ਦੇਖ ਦੇਣਾ ਚ ਹੁੰਦੀ ਥੋੜੇ ਵਿਆਹ ਦੀ ਚਰਚਾ। ਪਰ ਰਾਹੁਕੇ ਤੂੰ ਥੋੜੇ ਤੰਗ ਕਰਦੇ ਆ ਉਹ ਵੀ ਆਪਣੀ ਵੱਖਰੀ ਮੰਗ ਕਰਦੇ ਆ। ਰਾਹੁ ਮੁਰਗਾ ਤੇ ਕੇਤੂ ਬੋਤਲ ਮੰਗਦਾ ਬੋਤਲ ਘਰਦੀ ਤੇ ਮੁਰਗਾ ਕਾਲੇ ਰੰਗ ਦਾ। ਸਤਰੰਗਾ ਧਾਗਾ ਤੇ ਚਾਂਦੀ ਦਾ ਤਵੀਤ ਬੱਚਾ ਖੱਬੇ ਡੋਲੇ ਦੇ ਬੰਨ ਲਈ ਠੀਕ ਬੱਚਾ ਤੇ ਕਾਪੀ ਪੈਨ ਹੁਣ ਚੱਕ ਲੈ ਤੂੰ ਬੱਚਾ ਨੰਬਰ ਬਾਬਿਆਂ ਦਾ ਤੇ ਪਿੰਡ ਫੂਲ ਚ ਮੱਲੀ ਦਾ ਮਸ਼ਹੂਰ ਡੇਰਾ ਤੋਂ ਕਦਾਸਤੀ ਕਰਾਂਗੇ ਦੂਰ ਤੇਰਾ ਬਾਬੇ ਚੱਲੇ ਹੁਣ ਸਾਨੂੰ ਦੇਹ ਦੱchnਾ ਕਰੋ ਮੂੜੀਏ ਕਦੇ ਨਾ ਸਾਥ ਸਖਣਾ ਕਹਿੰਦੀ ਬਾਬਾ ਜੀ ਇੱਕ ਮਿੰਟ ਰੋਕੋ ਮੈਂ ਆਟਾ ਲੈ ਕੇ ਆਈ ਉਹ ਪੋਲੀਏ ਪਰ ਆਟੇ ਦਾ ਬਾਬਿਆ ਨਹੀਂ ਚੱਕਣਾ ਨੋਟਾ ਬਣਾ ਕੋ ਜੇਬ ਚ ਨਹੀਂ ਰੱਖਣਾ 100 ਦਾ 500 ਦੇ ਚਾਰ ਪੋਲੀਏ ਤੇ ਆਉਂਦੇ ਸੰਤ ਨਹੀਂ ਬਾਰ ਬਾਰ ਪੋਲੀਏ ਉਹ ਦੇਣੀ ਚੀ ਤੈਨੂੰ ਅਸਾਂ ਨੇ ਇੱਕ ਪੱਕੀ ਤੇਰੇ ਲਈ ਜੋ ਸਾਂਹ ਕੇ ਮਸਾਂ ਰੱਖੀ ਕਹਿੰਦੀ ਬਾਬਾ ਜੀ ਪੈਸੇ ਲੈ ਕੇ ਆਈ ਪਰ ਕੰਮ ਪੱਕਾ ਹੋਣਾ ਚਾਹੀਦਾ ਕਹਿੰਦਾ ਦੇਖੀ ਚੱਲ ਸੰਤਾਂ ਦੇ ਕਾਰੇ ਦੇਣਾ ਚ ਕਰ ਦੂ ਬਾਰੇ ਨਿਆਰੇ ਆਂਢੀ ਗਵਾਂਢੀ ਮੱਚਨ ਤੇ ਭਰਮ ਭਲੇਖਾ ਰੱਖੀ ਨਾ ਤੂੰ ਔਗਣ ਸਾਡਾ ਤੱਕੀ ਨਾ ਤੂੰ ਉਹ ਹੁੰਦੇ ਸਾਧ ਬਖੰਡੀ ਵਾਲੇ ਕਰ ਜਾਂਦੇ ਨੇ ਭੰਡੀ ਨਾਲੇ ਜੈ ਸੰਤਾਂ ਦੀ ਇਹ ਬਖੰਡੀ ਸਾਧੀ ਵਾਹ ਜੀ ਵਾਕਿਆ ਹੀ ਬਾਤਾਂ ਨੇ ਗਿਆਂ ਮੈਨੂੰ ਲੱਗਦਾ ਇਸ 'ਚ ਵੀ ਕੋਈ ਚੀਜ਼ ਨਹੀਂ ਛੱਡੀ ਹੋਣੀ ਨਹੀਂ ਇਹ 'ਚ ਵੀ ਨਹੀਂ ਛੱਡੀ ਇੱਕ ਮੈਂ ਤੁਹਾਨੂੰ ਹੋਰ ਦੱਸਦਾ ਜੀ ਮੈਂ ਚਾਰ ਅਮਲੀਆਂ ਦੇ ਸੁਪਨੇ ਲਿਖੇ ਸੀ ਜੀ ਵੀ ਉਹਨਾਂ ਨੂੰ ਰਾਤ ਨੂੰ ਸੁਪਨੇ ਆਉਂਦੇ ਹੁੰਦੇ ਆ ਜੀ ਤੇ ਸੁਪਨੇ ਦੇ ਵਿੱਚ ਕੋਈ ਡੀਟੀਓ ਬਣਦਾ ਕੋਈ ਡਾਕਟਰ ਬਣਦਾ ਕੋਈ ਮਾਸਟਰ ਬਣਦਾ ਕੋਈ ਸੀਲਦਾਰ ਦਾ ਰੀਡਰ ਬਣਦਾ ਤੇ ਪਰ ਜਦੋਂ ਸਵੇਰੇ ਅੱਖ ਖੁੱਲਦੀ ਆ ਕੋਈ ਭੇਡਾਂ ਵਾਲੇ ਬਾੜੇ 'ਚ ਪਿਆ ਹੁੰਦਾ ਕੋਈ ਘਰ ਵਾਲੀ ਤੋਂ ਗਾਲਾਂ ਖਾਈ ਜਾਂਦਾ ਹੁੰਦਾ ਤੇ ਕੋਈ ਕਿਵੇਂ ਹੁੰਦਾ ਜੀ ਕਹਿੰਦਾ ਚਾਰੇ ਅਮਲੀ ਹੋ ਗਏ ਇਕੱਠੇ ਵੇਖਣ ਨੂੰ ਸੀ ਹੱਟੇ-ਕੱਟੇ ਜੀ ਤੇ ਪਹਿਲੇ ਅਮਲੀ ਆਖ ਸੁਣਾਇਆ ਡੀਟੀਓ ਮੈਨੂੰ ਜਿਵੇਂ ਬਣਾਇਆ ਚਿੱਟੀਕਾਰ ਸੀ ਮੇਰੇ ਥੱਲੇ ਮੇਰੀ ਹੋ ਗਈ ਬੱਲੇ-ਬੱਲੇ ਰੋਕਲੀਆਂ ਮੈਂ ਕਾਰਾਂ ਜਿੱਪਾ ਵਿੱਚੇ ਪੀਟੇ ਰੇੜੇ ਘੀਸਾਂ ਕੀ ਵਾਸਤੇ ਗੱਡੀ ਫੜ ਲਈ ਨੋਟਾਂ ਨਾਲ ਮੈਂ ਜੇਬ ਸੀ ਭਰ ਲਈ ਉਹ ਪੀਟਰ ਰੇੜੇ ਸਾਈਡ ਤੇ ਲਾਓ ਆਪੋ ਆਪਣੇ ਕਾਜ ਦਿਖਾਓ ਨਹੀਂ ਕਾਜ ਤਾਂ ਪੈਸੇ ਧਰ ਦਿਓ ਜਾਂ ਫਿਰ ਪੀਟਰ ਬੰਦ ਕਰ ਦਿਓ ਪੈਸੇ ਬਿਨਾਂ ਤੁਹਾਨੂੰ ਚੱਲ ਨਹੀਂ ਦੇਣਾ ਤੇ 1 ਇੰਚ ਤੁਹਾਨੂੰ ਹੱਲ ਨਹੀਂ ਦੇਣਾ ਜੀ ਉਹ ਮੇਰੀ ਕੋਠੀ ਪਊ ਕਿਦਾਂ ਛੜਦਾ ਰਹਿ ਤੁਹਾਨੂੰ ਇਹਦਾ ਟੈਂਪੂ ਚਲਾਉਂਦਾ ਢੰਗ ਦੱਸ ਨਹੀਂ ਫਿਰ ਥਾਣੇ ਬੰਦ ਕਰ ਇਹਨੂੰ ਕੀ ਸਾਲਿਆ ਖੇਡ ਬਣਾਈ ਅਜੇ ਤੱਕ ਨਹੀਂ ਫੀਸ ਪਚਾਈ ਪਰ ਜਦੋਂ ਅਸੀਂ ਖੁੱਲ ਗਈ ਅੱਖੀ ਤੇ ਚਾਰ ਚਫੇਰੇ ਤੱਕਣੀ ਤੱਕੀ ਨਾ ਕੋਈ ਕਾਰ ਤੇ ਨਾ ਕੋਈ ਰੇੜਾ ਪੇਡਾਂ ਦੇ ਨਾਲ ਭਰਿਆ ਵੇੜਾ ਫੇਰ ਕੀ ਬਸ ਰੋਂਦਾ ਰਹਿ ਗਿਆ ਡਿਊਟੀ ਦਾ ਉਹ ਤਾਂ ਕੋਈ ਹੋਰ ਹੀ ਲੈ ਗਿਆ ਕਹਿੰਦਾ ਦੂਜੇ ਦੀ ਵੀ ਸੁਣੋ ਦ ਤੇ ਰਾਤੋਂ ਰਾਤ ਮੈਂ ਡਾਕਟਰ ਬਣ ਗਿਆ ਐਮਬੀਬੀਐਸਸੀ ਡਿਗਰੀ ਕਰ ਗਿਆ ਵੱਡਾ ਸਾਰਾ ਇੱਕ ਬੋਰਡ ਲਾਤਾ ਮੱਲੀ ਕਲੀਨਿਕ ਉੱਤੇ ਲਿਖਾਤਾ ਚਾਰ ਰੁਪਿਆ ਦਾ ਟੀਕਾ ਲਾ ਕੇ 2 ਰੁਪਿਆ ਦੀਆਂ ਗੋਲੀਆਂ ਪਾ ਕੇ 6 ਰੁਪਿਆ ਦੀ ਦਵਾਈ ਸਾਰੀ 50 ਦੀ ਪਰਚੀ ਅੱਗੇ ਮਾਰੀ ਉਹ ਅਗਲਾ ਮਰੀਜ਼ ਵੀ ਜਲਦੀ ਆਓ ਛੇਤੀ ਛੇਤੀ ਆਓ ਤੇ ਜਾਓ ਆਹ ਉਹ ਰਾਮੂ ਜਰਾ ਇੱਧਰ ਆਓ ਤੇ ਆਹ ਮਰੀਜ਼ ਨੂੰ ਅੰਦਰ ਲੈ ਜਾਓ ਆਪਰੇਸ਼ਨ ਲਈ ਸੰ ਤਿਆਰ ਕਰੋ ਬਈ ਪੰਜ ਜਣਿਆਂ ਦਾ ਪ੍ਰਬੰਧ ਕਰੋ ਬਈ ਪੰਜ ਜਣਿਆਂ ਦਾ ਖੂਨ ਲਵਾਂਗੇ ਮਰੀਜ਼ ਇਹਨਾਂ ਦਾ ਠੀਕ ਕਰਾਂਗੇ ਪੰਜ ਬੋਤਲਾਂ ਖੂਨ ਕਢਾਤਾ ਰਾਮੂ ਨੂੰ ਮੈਂ ਸਾਬ ਸਮਝਾਤਾ ਉਹ ਇੱਕ ਬੋਤਲ ਮਸਾ ਡ੍ਰਿਪ ਦਿਆਂਗੇ ਤੇ ਪੈਸਾ ਪੈਸੇ ਇਹਨਾਂ ਤੋਂ ਪਹਿਲਾਂ ਲੈ ਲਈ ਬਚਨ ਦੀ ਲਾਦਾ ਆਸ ਕੋਈ ਹੈ ਨਹੀਂ ਪੈਸੇ ਵਾਲੇ ਆਹੂ ਲਾ ਦੂੰ ਇੱਕ ਮਹੀਨੇ ਵਿੱਚ ਕੋਠੀ ਕਾ ਪਾ ਦੂੰ ਕੋਠੀ ਕਾ ਦੀ ਸੋਕ ਪਿਆ ਤੇ ਹਸਪਤਾਲ ਮੈਂ बेहੋਸ਼ ਪਿਆ ਸੀ ਪੰਜ ਬੋਤਲਾਂ ਖੂਨ ਸੀ ਲਾਤਾ ਮੈਨੂੰ ਹੀ ਧਰ ਕੇ ਰਗੜਾ ਲਾਤਾ ਡਾਕਟਰੀ ਦਾ ਫਿਰ ਮੈਂ ਉੱਥੇ ਛੱਡ ਗਿਆ ਰੱਬਾ ਹੋਰ ਨਾ ਦੇਵੀਂ ਉਹਦਾ ਤੇ ਕਹਿੰਦਾ ਤੀਜਾ ਅਮਲੀ ਰਹੇ ਕਿ ਪਿੱਛੇ ਉਹਦੇ ਵੀ ਅਜ ਸੁਣ ਲੋ ਕਿਸੇ ਉਹ ਰਾਤੋਂ ਰਾਤ ਮੈਂ ਡੀਓ ਲਾਤਾ ਐਤਵਾਰ ਦਾ ਟੂਰ ਖਾਦਾ ਮਾਰੀ ਬੈਲ ਤੇ ਹੋਈ ਟਰੰਟ ਨਾਲ ਅੰਦਰ ਭੱਜ ਕੇ ਆ ਗਿਆ ਭੀ ਹਣ ਦੱਸੋ ਸਾਹਬ ਕੀ ਹੁਕਮ ਹੈ ਮੇਰਾ ਲਿਆਪੁਰਾ ਬਹਿਜੇ ਬੇੜਾ ਤੇਰਾ ਉਹ ਸਕੂਲ ਆਪਾਂ ਚੈੱਕ ਨੇ ਕਰਨੇ ਵਿਹਲੇ ਬੈਠੇ ਮਾਸਟਰ ਫੜਨ ਦੇ ਸਵਾਟਰ ਬੋਣ ਦੀ ਮੈਡਮ ਨਹੀਂ ਛੱਡਣੀ ਅਗਲੀ ਪਿਛਲੀ ਕਸਰਾ ਕੱਢਣੀ ਤੇ ਮਾਸਟਰ ਭੈਣ ਜੀ ਜੀ ਕਰਨੀ ਮੈਂ ਗੂਗਲ ਰੂਪ ਚ ਕਰਨੀ ਡੀਓ ਵਾਲਾ ਰੈਂਕ ਦਿਖਾ ਦੂੰ ਸਭ ਨੂੰ ਧਰ ਕੇ ਖੁੰਝੇ ਲਾ ਦੂੰ ਕਹਿਣ ਬੱਚਿਆਂ ਨੂੰ ਟਿਊਸ਼ਨ ਬਾਰੇ ਨਹੀਂ ਤਾਂ ਫੇਲ ਹੋਵੋਗੇ ਸਾਰੇ ਉਹ ਬੱਚੇ ਫਿਰ ਕੀ ਕਰਨਗੇ ਘਰ ਆ ਕੇ ਮਾਪਿਆਂ ਨਾਲ ਲੜਨਗੇ ਪੁੱਛਣ ਵਾਲਾ ਹੋਵੇ ਇਹਨਾਂ ਨੂੰ 7 ਘੰਟੇ ਸੀ ਪੜਾਉ ਜਿਨ੍ਹਾਂ ਨੂੰ ਉਹ ਸਾਰਾ ਦਿਨ ਜਿਹੜੇ ਪੜ੍ਹ ਸਕਦੇ ਘੰਟੇ ਵਿੱਚ ਕੀ ਕਰ ਸਕਦੇ ਪੈਸੇ ਠੱਗਣ ਦਾ ਮਸਲਾ ਸਾਰਾ ਮਾਸਟਰ ਭੈਣ ਜੀ ਦਾ ਕਪੜਾ ਹੈ ਸਰ ਤੇ ਐਨੀ ਗੱਲ ਨੂੰ ਸੋਚੀ ਜਾਵਾ ਅਗਲੀ ਗੱਲ ਨੂੰ ਬੋਚੀ ਜਾਵਾ ਖੁੱਲੀ ਅੱਖ ਖੜੀ ਕਰ ਵਾਲੀ ਗਾਲਾਂ ਦੀ ਉਹਨੇ ਵਾਛੜ ਲਾਤੀ ਤੇ ਝਖੜ ਔਰ ਦਿਆ ਹੋਰੀ ਝੁੱਲ ਗਿਆ ਡੀਓ ਵਾਲਾ ਤਾਂ ਮੈਂ ਆਉਦਾ ਹੀ ਭੁੱਲ ਗਿਆ ਜੀ ਹੁਣ ਕਹਿੰਦਾ ਚੌਥੇ ਦੀ ਵੀ ਸੁਣੋ ਕਹਾਣੀ ਉਲਜੀ ਫਿਰਦੀ ਜੀ ਦੀ ਤਾਣੀ ਤੇ ਤਹਿਸੀਲਦਾਰ ਦਾ ਰੀਡਰ ਲਾਤਾ 420 ਚ ਜੱਟਾਂ ਫਸਾਤਾ ਭੈਣ ਕਿਸੇ ਦੀ ਭੁਝਾਈ ਬਣਾ ਕੇ ਨੰਬਰਦਾਰ ਦੀ ਗਵਾਈ ਪਵਾ ਕੇ ਸਭ ਰਜਿਸਟਰੀਆਂ ਕਰਕੇ ਜਾਲੀ ਮੋਟੀ ਰਕਮ ਜੇਬ ਚ ਪਾਲੀ ਮੈਨੂੰ ਰੀਡਰ ਕਿਹੜਾ ਆਖੂ ਮੈਂ ਤਾਂ ਸਭ ਦਾ ਬਣ ਗਿਆ ਬਾਪੂ ਉਹ ਪੈਸੇ ਬਿਨਾ ਕੋਈ ਕੰਮ ਨਹੀਂ ਕਰਨਾ ਫਾਰਮ ਨਹੀਂ ਕੋਈ ਟੈਸਟ ਕਰਨਾ ਪਰ ਜੇ ਜਾਲੀ ਕ ਨੰਗ ਤੋਂ ਸ਼ਾਹੂ ਕਾਰ ਬਣ ਗਿਆ ਜਾਲੀ ਕੰਮ ਵਪਾਰ ਬਣ ਗਿਆ ਜੀਤਾ ਮੀਤਾ ਕੋਈ ਨਾ ਪੁੱਛਿਆ ਕਰ ਕਰ ਸਾਈਂ ਮੈਂ ਫਾਈਲਾਂ ਸੁਟਾ ਤੇ ਕੋਈ ਕਿਸੇ ਨੂੰ ਗਿਲਾ ਨਾ ਗੁੱਸਾ ਸਭ ਨੂੰ ਦਿਆਂ ਬਰਾਬਰ ਹੈ ਸਭ ਪਰ ਇੱਕ ਦਿਨ ਫਿਰ ਸਾਧ ਆ ਗਿਆ ਪਰ ਇੱਕ ਦਿਨ ਫਿਰ ਸਾਧ ਆ ਗਿਆ ਪੁਲਿਸ ਵਾਲਿਆਂ ਝੱਟੜਾਂ ਵਾਲਿਆਂ ਪੁੱਛਦੇ ਮੈਨੂੰ ਜਾ ਕੇ ਥਾਣੇ ਹੋਰ ਕਿੰਨੇ ਤੋਂ ਪੁੱਤ ਪੈਸੇ ਖਾਣੇ ਤੇ ਠਾ ਮੋਰਾ ਵਿੱਚ ਡਾਂਸ ਹੀ ਠੋਕੀ ਸਾਰੀ ਰੀਟਰੀ ਵਿੱਚ ਹੀ ਕੋਟੀ ਖੁੱਲੀ ਅੱਖ ਤੇ ਦਾਣੇ ਭੁੰਨਾ ਨੋਟਾਂ ਇਥਾ ਝੋਕਾ ਤੁੰਨਾ ਉਹ ਹੱਥ ਜੋੜ ਲੋ ਕੋ ਬੇਨਤੀ ਮੇਰੀ ਕਦੇ ਨਾ ਕਰਿਓ ਹੇਰਾ ਫੇਰੀ ਤੇ ਸ਼ਮਸ਼ੇਰ ਮੱਲੀ ਨੂੰ ਮਾਫ ਕਰਦੇ ਸੋ